ਪੰਜਾਬੀ ਆਡੀਓ ਬੁੱਕ ਯੂਟਿਊਬ ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਲ੍ਹ ਚਿੱਠੀਆਂ ਭਾਗ 12, ਪੰਨਾ ਨੰਬਰ 179। ਭਾਈ ਕੇਹਰ ਸਿੰਘ ਸਾਹਨੇਵਾਲ ਦੇ ਚਲਾਣੇ ਦੀ ਭਿਆਨਕ ਘਟਨਾ। ਹਜ਼ਾਰੀਬਾਗ ਦੇ ਸਮਾਚਾਰਾਂ ਵਿੱਚ ਭਾਈ ਕੇਹਰ ਸਿੰਘ ਸਾਹਨੇਵਾਲ ਦੇ ਚਲਾਣੇ ਦੀ ਘਟਨਾ ਵੀ ਬੜੀ ਭਿਆਨਕ ਅਤੇ ਸਿੱਖਿਆਦਾਇਕ ਹੈ, ਜੋ ਪਿੱਛੇ ਲਿਖੀ ਜਾਣੋ ਰਹਿ ਗਈ ਹੈ, ਸੋ ਇੱਥੇ ਲਿਖਦੇ ਹਾਂ। ਭਾਈ ਕੇਹਰ ਸਿੰਘ ਤੀਜੇ ਮੁਕੱਦਮਾ ਸਾਜਿਸ਼ ਲਾਹੌਰ ਵਿੱਚ ਜਨਵਰੀ 1917 ਵਿੱਚ ਕੈਦ ਹੋਣ ਪਰ ਲਾਹੌਰ ਸੈਂਟਰਲ ਜੇਲ੍ਹ ਵਿੱਚ ਭੇਜਿਆ ਗਿਆ। ਇੱਥੋਂ ਉਸਨੂੰ ਹਜ਼ੀਰਾਂ ਦੀ ਬਿਮਾਰੀ ਦੀ ਹਾਲਤ ਵਿੱਚ ਜਨਵਰੀ 1918 ਵਿੱਚ ਹਜ਼ਾਰੀਬਾਗ ਜੇਲ੍ਹ ਵਿੱਚ ਬਦਲ ਦਿੱਤਾ ਗਿਆ। ਹਾਲਤ ਉਸਦੀ ਪਹਿਲਾਂ ਹੀ ਖਰਾਬ ਸੀ ਅਤੇ ਸਫ਼ਰ ਦੇ ਲਾਇਕ ਨਹੀਂ ਸੀ, ਪਰ ਫਿਰ ਵੀ ਉਸਨੂੰ ਭੇਜ ਹੀ ਦਿੱਤਾ ਗਿਆ ਅਤੇ ਰਾਹ ਵਿੱਚ ਹੀ ਉਸਦੇ ਪੱਟੀਆਂ ਹੁੰਦੀਆਂ ਗਈਆਂ। ਹਜ਼ਾਰੀਬਾਗ ਜੇਲ੍ਹ ਵਿੱਚ ਉਸਨੂੰ ਇੱਕ ਕੋਠੀ ਵਿੱਚ ਰੱਖਿਆ ਗਿਆ। ਉੱਥੇ ਹੀ ਮਾੜੀ ਮੋਟੀ ਦਵਾ ਦਾਰੂ ਹੁੰਦੀ ਰਹੀ। ਫਰਵਰੀ 1918 ਵਿੱਚ ਸਿੰਘਾਂ ਦੇ ਹਰਨ ਹੋਣ ਦਾ ਸਾਕਾ ਵਰਤਿਆ। ਜਦ ਮਹੀਨੇ ਕੁ ਬਾਅਦ ਇਹ ਫੜੇ ਹੋਏ ਆ ਗਏ ਤਾਂ ਭਾਈ ਕੇਹਰ ਸਿੰਘ ਦੀ ਹਾਲਤ ਹੋਰ ਵੀ ਖਰਾਬ ਹੋ ਗਈ। ਇੱਕ ਦਿਨ ਭਾਈ ਕੇਹਰ ਸਿੰਘ ਆਪਣੇ ਬਿਸਤਰੇ ਤੋਂ ਉੱਠ ਕੇ ਕੋਈ ਚੀਜ਼ ਚੁੱਕਣ ਲੱਗਾ ਤਾਂ ਬੇਹੋਸ਼ ਹੋ ਕੇ ਡਿੱਗ ਪਿਆ। ਪਹਿਰੇ ਵਾਲੇ ਨੇ ਰਿਪੋਰਟ ਕੀਤੀ ਅਤੇ ਅਲਾਰਮ ਕਰ ਦਿੱਤਾ ਕਿ ਸ਼ਾਇਦ ਕੈਦੀ ਮਰ ਗਿਆ ਹੈ। ਅਫਸਰਾਂ ਦੇ ਆਉਣ ਪਰ ਭਾਈ ਕੇਹਰ ਸਿੰਘ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਇਹ ਦਿਨੋ ਦਿਨ ਘਟਦਾ ਗਿਆ ਅਤੇ ਹਾਲਤ ਖਰਾਬ ਹੁੰਦੀ ਗਈ। 4-5 ਮਹੀਨੇ ਇਸੇ ਹਾਲਤ ਵਿੱਚ ਲੰਘੇ। ਅਖੀਰ ਤੰਗ ਪੈ ਗਿਆ ਅਤੇ ਜਾਨ ਨਾ ਨਿਕਲੇ। ਉਸਨੇ ਅਫਸਰਾਂ ਨੂੰ ਰਿਪੋਰਟ ਕੀਤੀ ਕਿ ਮੈਨੂੰ 5 ਸਿੰਘਾਂ ਨਾਲ ਮੁਲਾਕਾਤ ਕਰਾਈ ਜਾਵੇ। ਭਾਈ ਹੀਰਾ ਸਿੰਘ ਚੋਟੀਆਂ ਅਤੇ ਭਾਈ ਹਰਨਾਮ ਸਿੰਘ ਰਸੂਲਪੁਰੀਆ ਤਾਂ ਦੋਨੋਂ ਅੱਗੇ ਹੀ ਬਿਮਾਰੀ ਦੇ ਕਾਰਨ ਹਸਪਤਾਲ ਵਿੱਚ ਗਏ ਹੋਏ ਸਨ। ਬਾਕੀ ਉਸਨੇ 3 ਸਿੰਘਾਂ, ਭਾਈ ਕਰਤਾਰ ਸਿੰਘ ਚੰਦ ਨਿਵਾਸੀ, ਭਾਈ ਮੁਨਸ਼ਾ ਸਿੰਘ ਦੁਖੀ ਅਤੇ ਦਾਸ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਅਫਸਰਾਂ ਦੇ ਸੱਦੇ ਪਰ ਅਸੀਂ ਹਸਪਤਾਲ ਗਏ। ਉਸ ਨਾਲ ਗੱਲਬਾਤ ਕੀਤੀ ਤਾਂ ਉਸ ਆਖਿਆ ਕਿ ਮੇਰੀ ਜਾਨ ਨਹੀਂ ਨਿਕਲਦੀ ਅਤੇ ਮੈਂ ਸਾਹਨੇਵਾਲ ਦੇ ਡਾਕੇ ਵਿੱਚ ਘਰ ਦੇ ਮਾਲਕ ਨੂੰ ਮਰਵਾਇਆ ਸੀ ਅਤੇ ਮੈਂ ਹੀ ਡਾਕਾ ਪਵਾਇਆ ਸੀ। ਹੁਣ ਉਸ ਮਰੇ ਹੋਏ ਦੀ ਰੂਹ ਮੈਨੂੰ ਤੰਗ ਕਰਦੀ ਹੈ। ਉਸਦੀ ਗਰਦਨ ਵਿੱਚ ਚੋਟ ਲੱਗਣ ਨਾਲ ਹੀ ਉਹ ਮਰਿਆ ਸੀ ਅਤੇ ਮੈਨੂੰ ਵੀ ਬਹੁਤੀ ਤਕਲੀਫ ਗਰਦਨ ਵਿੱਚ ਹੀ ਹੈ। ਮੈਂ ਬੜੇ ਭਿਆਨਕ ਕਸ਼ਟ ਵਿੱਚ ਹਾਂ। ਉਸਦੀ ਹਾਲਤ ਬੜੀ ਤਰਸਯੋਗ ਅਤੇ ਇਬਰਤਨਾਕ ਸੀ। ਸਾਰੇ ਸਿੰਘਾਂ ਨੂੰ ਦਾਸ ਨੇ ਬੇਨਤੀ ਕੀਤੀ ਕਿ ਇਸ ਦੇ ਨਿਮਿਤ ਸਭ ਸਿੱਖ ਸੁਖਮਨੀ ਸਾਹਿਬ ਦੇ ਪਾਠ ਕਰਨ ਅਤੇ ਘੱਟ ਤੋਂ ਘੱਟ ਇੱਕ ਪਾਠ ਹਰ ਇੱਕ ਸੱਜਣ ਜ਼ਰੂਰ ਕਰੇ ਅਤੇ ਬਾਕੀ ਜਿਤਨੇ ਕੋਈ ਕਰ ਸਕੇ ਅਤੇ ਇਸ ਦੇ ਨਿਮਿਤ ਅਰਦਾਸ ਵੀ ਕੀਤੀ ਜਾਵੇ। ਅਗਲੇ ਦਿਨ ਸਭ ਸਿੰਘਾਂ ਨੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸੇ ਸੋਧੇ। ਇਸ ਦਿਨ ਅਫਸਰਾਂ ਨੇ ਸਾਰੇ ਸਿੰਘਾਂ ਦੀ ਹੀ ਉਸ ਨਾਲ ਬਾਰੀ ਬਾਰੀ ਮੁਲਾਕਾਤ ਵੀ ਕਰਾ ਦਿੱਤੀ। ਇਸ ਤੋਂ ਅਗਲੇ ਦਿਨ ਉਹ ਚਲਾਣਾ ਕਰ ਗਿਆ। ਜੇਲ੍ਹ ਵਾਲਿਆਂ ਉਸਦੀ ਲੋਥ ਨੂੰ ਬਾਹਰ ਲੈ ਜਾ ਕੇ ਐਵੇਂ ਹੀ ਇੱਕ ਪਾਸੇ ਜੰਗਲ ਵਿੱਚ ਸੁੱਟ ਦਿੱਤਾ। ਜਦ ਅਸੀਂ ਇਹ ਗੱਲ ਸੁਣੀ ਤਾਂ ਸੁਪਰਿੰਟੈਂਡੈਂਟ ਨੂੰ ਪੁੱਛਿਆ ਕਿ ਤੁਸੀਂ ਉਸਦੀ ਲੋਥ ਨੂੰ ਕਿਉਂ ਰੋਲਿਆ, ਉਸ ਦਾ ਸੰਸਕਾਰ ਕਿਉਂ ਨਹੀਂ ਕੀਤਾ ਗਿਆ। ਤਾਂ ਉਹ ਟਾਲੇ ਵਾਲੇ ਕਰਨ ਲੱਗੇ ਅਤੇ ਇਸ ਗੱਲ ਦੀ ਪੜਤਾਲ ਕਰਨ ਲੱਗੇ ਕਿ ਇਹਨਾਂ ਨੂੰ ਪਤਾ ਕਿਵੇਂ ਲੱਗ ਗਿਆ। ਅਸੀਂ IG ਨੂੰ ਵੀ ਰਿਪੋਰਟ ਕੀਤੀ ਪਰ ਉਸ ਵੀ ਕੁਛ ਪਰਵਾਹ ਨਾ ਕੀਤੀ। ਉਹ ਵੀ ਸਗੋਂ ਇਸੇ ਤਫਤੀਸ਼ ਵਿੱਚ ਪੈ ਗਿਆ ਕਿ ਕੈਦੀਆਂ ਨੂੰ ਪਤਾ ਕਿਵੇਂ ਲੱਗਾ। ਮਦਰਾਸ ਹਾਤੇ ਦੀਆਂ ਜੇਲ੍ਹਾਂ ਨੂੰ ਚਾਲੇ। ਮੇਜਰ ਕੁੱਕ ਨੇ ਖੁਸ਼ ਹੋ ਕੇ ਮੇਰੇ ਟਿਕਟ 'ਤੇ ਲਿਖ ਦਿੱਤਾ ਕਿ ਇਸ ਨੂੰ ਆਪਣੇ ਹੱਥੀਂ ਆਪ ਪ੍ਰਸ਼ਾਦੇ ਸਜਾਉਣ ਦਾ ਕਨਸੈਸ਼ਨ ਅਧਿਕਾਰ ਮਿਲਿਆ ਹੋਇਆ ਹੈ ਅਤੇ ਇਸ ਦੇ ਨਾਲ ਬਤੌਰ ਸਿੱਖ ਸੰਤ ਸਿੱਖ ਸੇਂਟ ਦੇ ਸਲੂਕ ਕੀਤਾ ਜਾਂਦਾ ਰਿਹਾ ਹੈ। ਲੰਬੇ ਰਸਤੇ ਦੇ ਸਫ਼ਰ ਦੇ ਕਾਰਨ ਤੋਸ਼ੇ ਦੇ ਤੌਰ 'ਤੇ ਮਣ ਦੋ ਮਣ ਦੁੱਧ ਆਪੇ ਚੋ ਕੇ ਉਸਦਾ ਖੋਇਆ ਆਪਣੇ ਹੱਥੀਂ ਕੱਢ ਲੈਣ ਦਾ ਹੁਕਮ ਦੇ ਦਿੱਤਾ। ਖੂਬ ਖੋਏ ਬਣਾਏ ਗਏ। ਇੱਕ ਆਨ ਵਿੱਚ ਮਦਰਾਸ ਪ੍ਰੈਜ਼ੀਡੈਂਸੀ ਦੇ ਤਿਆਰੇ ਵੱਜ ਗਏ। ਠੀਕ ਤਰੀਕ ਤਾਂ ਯਾਦ ਨਹੀਂ, ਅਕਤੂਬਰ 1921 ਦਾ ਸਮਾਚਾਰ ਹੈ ਕਿ 4-4, 5-5 ਸਾਥੀਆਂ ਨੂੰ ਵੱਖੋ ਵੱਖ ਜੇਲ੍ਹਾਂ ਵਿੱਚ ਵੰਡਿਆ ਗਿਆ, ਪਰ ਇੱਥੋਂ ਚਲਾਣ ਸਭ ਦਾ ਇਕੱਠਾ ਹੀ ਹੋਇਆ। ਚਾਹੇ ਸਾਨੂੰ ਜੇਲ੍ਹ ਵਾਲਿਆਂ ਨੇ ਨਹੀਂ ਦੱਸਿਆ ਕਿ ਕਿਸ ਕਿਸ ਦਾ ਕਿਹੜੇ ਕਿਹੜੇ ਜੇਲ੍ਹ ਵਿੱਚ ਗੁਣਾ ਪਿਆ ਹੈ, ਪਰ ਸਾਨੂੰ ਪਤਾ ਲੱਗ ਹੀ ਗਿਆ ਕਿ ਵੰਡੇ ਇਸ ਤਰ੍ਹਾਂ ਪਏ ਹਨ। ਰਾਜ ਮੰਦਰੀ ਜੇਲ੍ਹ, ਵੀਰ ਕਰਤਾਰ ਸਿੰਘ, ਭਾਈ ਗੰਡਾ ਸਿੰਘ ਨਿਹੰਗ ਛੋਟਾ, ਭਾਈ ਹਰਨਾਮ ਸਿੰਘ ਕਾਲਾ ਸੰਘਾ, ਭਾਈ ਅਰਜਨ ਸਿੰਘ ਜਗਰਾਓ ਅਤੇ ਦਾਸ। ਖਾਸ ਮਦਰਾਸ ਜੇਲ੍ਹ, ਭਾਈ ਕਰਮ ਸਿੰਘ ਅਜੇਰ, ਭਾਈ ਬਘੇਲ ਸਿੰਘ, ਭਾਈ ਨੱਥਾ ਸਿੰਘ ਧੁੰਨ।
बुलारी भाई जिंदर सिंह दूधाधारी भाई पाखर सिंह डुडीके भाई लाल सिंह भाई केसर सिंह ते भाई कृपा सिंह त्रिचनापली श्रीमान जी भाई गुजर सिंह वीर सज्जन सिंह भाई सुंदर सिंह भाई इंद्र सिंह वैलूर श्रीमान भाई हीरा सिंह भाई हरनाम सिंह कामागाटा मारू भाई महाराज सिंह कोयंबटूर भाई दाल सिंह भाई हरी सिंह कक्कड़ भाई बलवंत सिंह असी 23 दे 23 सज्जन अड्डो अड्ड थाई 6 जथियां विच वंडे गए मद्रास सूबे ताई सब ने इकट्ठे ही जाना सी उस सूबे विच पहुंच के ज्यों ज्यों जेड़ा जेल पहला नेड़े आउंदा जाना सी त्यों त्यों तिस तिस थाओ वखो वख जथियां नू उतारी जाना सी हजारीबाग जेल तो हजारीबाग रोड स्टेशन ताई लै जाण लई साडे वास्ते दोलारियां हजारीबाग शहर दियां बंगालियां दी कंपनी नाल मिस्टर मीक ने मिण मिथ के प्रबंध किया ताकि सिखां वाली कंपनी दियां लारियां ना ले जानियां पैण उधर भी सोहन सिंह जी होरां दे हिरदे विच प्रेम सिख सी कि सिंह साडियां लारियां विच जाण तुरंत तो पहला भाई सोहन सिंह जी नूं पता लग गया कि पंजाबी वीरां दे चलाण निमित ही लारियां दी मंग दूजी कंपनी पासों हो चुकी है परंतु वीर जी दी हृदय दी शुद्ध कामना सतगुरु ने भाणा वरता के पूरी कर ही दिती नेत ऐसी हुई कि उस समय इस कंपनी पास कोई लारी तैयार नहीं सी हार के सिंह होरां दियां लारियां ही लै जानियां पईआं वीर सोहन सिंह जी दी खुशियां दा अंत ना रहा तुरंत तो पहला ही जेलर मीक ने सारियां नूं डंडे बेड़ियां नाल जकड़ के नूड़ दिता ਅਤੇ ਹੱਥਕੜੀਆਂ ਵੀ ਲਾਉਣ ਲੱਗਾ ਸੀ ਕਿ ਸੁਪਰੀਟੈਂਡੈਂਟ ਮੇਜਰ ਕੁੱਕ ਨੇ ਆ ਕੇ ਹਟਾ ਦਿੱਤਾ ਕਿ ਸਾਨੂੰ ਉੱਪਰੋਂ ਹੱਥਕੜੀਆਂ ਲਾਉਣ ਦਾ ਕੋਈ ਹੁਕਮ ਨਹੀਂ ਆਇਆ ਬੇੜੀਆਂ ਸਾਧਾਰਨ ਰਹਿਣ ਦਿਓ ਹੁਣ ਲੱਗ ਜੋ ਗਈਆਂ ਹਨ ਤੁਰਨ ਸਮੇਂ ਦਾ ਵੈਰਾਗਮਈ ਨਜ਼ਾਰਾ ਜੇਲ੍ਹ ਤੋਂ ਬਾਹਰ ਮੋਟਰ ਲਾਰੀਆਂ ਖੜੀ ਸਨ ਜਦ ਅਸੀਂ ਬਾਹਰ ਸਵਾਰ ਹੋਣ ਲਈ ਨਿਕਲੇ ਤਾਂ ਸਾਰਾ ਜੇਲ੍ਹ ਅਮਲਾ ਅਤੇ ਉਹਨਾਂ ਦੇ ਪਰਿਵਾਰ ਸਾਨੂੰ ਚੜ੍ਹਦਿਆਂ ਹੋਇਆਂ ਨੂੰ ਵੇਖਣ ਲਈ ਇਕੱਠੇ ਹੋ ਗਏ ਸੈਂਕੜੇ ਸਿਪਾਹੀ ਅਤੇ ਉਹਨਾਂ ਦੇ ਘਰ ਵਾਰੀ ਆਣ ਉੱਥੇ ਜਮ੍ਹਾਂ ਹੋਏ ਹਮਦਰਦ ਰੂਹਾਂ ਸਾਧੂ ਸਿੰਘ ਜੀ ਆਦਿ ਦੀਆਂ ਬਿਰਹੇ ਜੁਦਾਈ ਕਰ ਭੁੱਬਾਂ ਨਿਕਲ ਗਈਆਂ ਕਠੋਰ ਤੋਂ ਕਠੋਰ ਮਾਣੂ ਵੀ ਮੋਮ ਹੋਏ ਖੜ੍ਹੇ ਸਨ ਮੋਟਰਾਂ ਵਿੱਚ ਚੜ੍ਹਨ ਸਾਰ ਹੀ ਸਾਰੀ ਸੰਗਤ ਅਰਦਾਸੇ ਲਈ ਖਲੋ ਗਈ ਅਰਦਾਸ ਕਰਨ ਦਾ ਹੁਕਮ ਦਾਸ ਨੂੰ ਹੋਇਆ ਸਤਿਗੁਰੂ ਨੇ ਆਪ ਹੀ ਅਰਦਾਸ ਕਰਾਈ ਅਤਿਅੰਤ ਹੀ ਅਦਭੁਤ ਕਲਾ ਵਰਤਾਈ ਸਮਾਪਤੀ ਪਸ਼ਚਾਤ ਦੇਖਾਂ ਤਾਂ ਸਾਰੀ ਸੰਗਤ ਸਜਲ ਨੇਤਰ ਸੀ ਇੱਕ ਸੰਨਾਟੇ ਦਾ ਆਲਮ ਛਾਇਆ ਹੋਇਆ ਸੀ ਪੰਜ ਜਕਾਰੇ ਗਜਾਏ ਗਏ ਅਤੇ ਸ਼ਬਦ ਕੀਰਤਨ ਦੀ ਧੁਨੀ ਗੂੰਜ ਉੱਠੀ ਵੇਖਣ ਵਾਲੀ ਸਾਰੀ ਲੁਕਾਈ ਹਲੂਣੀ ਗਈ ਸਾਡੇ ਨਾਲ ਲਾਰੀਆਂ ਵਿੱਚ ਬੈਠੇ ਮਿਲਟਰੀ ਪੁਲਿਸ ਦੇ ਨੰਗੀਆਂ ਸੰਘੀਨਾਂ ਵਾਲੇ ਗੋਰਖਿਆਂ ਨੇ ਸੰਘੀਨਾਂ ਨਾਲ ਸਲਾਮੀ ਉਤਾਰੀ ਜਿੰਨੇ ਕੁ ਅਸੀਂ ਸੀ ਉਨੇ ਕੁ ਹੀ ਗੋਰਖੇ ਸਿਪਾਹੀ ਸਨ ਅਤੇ ਇੱਕ ਦੇਸੀ ਇੰਸਪੈਕਟਰ ਉਹਨਾਂ ਦਾ ਇੰਚਾਰਜ ਸੀ ਅਤੇ ਸਾਡਾ ਸਾਰਿਆਂ ਦਾ ਚਾਰਜ ਇੱਕ ਗੋਰੇ ਇੰਸਪੈਕਟਰ ਪੁਲਿਸ ਦੇ ਸਪੁਰਦ ਸੀ ਇਹ ਗੋਰਾ ਇੰਸਪੈਕਟਰ ਬੜਾ ਹੀ ਨਰਮ ਈਸਾਈ ਮਿਸ਼ਨਰੀ ਸੀ ਇਸ ਨੇ ਸਾਡੇ ਨਾਲ ਚੰਗਾ ਸਲੂਕ ਕਰਨ ਦਾ ਯਕੀਨ ਦਵਾਇਆ ਪਹਿਲਾ ਸਬੂਤ ਉਸਨੇ ਆਪਣੇ ਨੇਕ ਹੋਣ ਦਾ ਇਹ ਦਿੱਤਾ ਕਿ ਸਾਡੇ ਨਿਤਨੇਮ ਦੇ ਗੁਟਕੇ ਬੰਦ ਬੰਡਲਾਂ ਵਿੱਚੋਂ ਕਢਵਾ ਕੇ ਸਾਡੇ ਗਾਤਰੀ ਪਵਾ ਦਿੱਤੇ ਹਜ਼ਾਰੀਬਾਗ ਸ਼ਹਿਰ ਵਿੱਚ ਉਨੀ ਦਿਨੀ ਪੰਜਾਬ ਤੋਂ ਸ਼੍ਰੀਮਤੀ ਸਰਲਾ ਦੇਵੀ ਲੈਕਚਰ ਕਰਨ ਲਈ ਆਈ ਹੋਈ ਸੀ ਸੋ ਸ਼ਹਿਰ ਵਾਲਿਆਂ ਨੇ ਉਸ ਦਿਨ ਮੀਟਿੰਗ ਕਰਨ ਦਾ ਉਸ ਸੜਕ ਦੇ ਕਿਨਾਰੇ ਪ੍ਰਬੰਧ ਕੀਤਾ ਜੋ ਜੇਲ੍ਹ ਤੋਂ ਸਟੇਸ਼ਨ ਵੱਲ ਨੂੰ ਜਾਂਦੀ ਸੀ ਉਨੀ ਦਿਨੀ ਮੁਲਕ ਵਿੱਚ ਬੜਾ ਹੀ ਜੋਸ਼ੋ ਖਰੋਸ਼ ਸੀ ਪਰੰਤੂ CID ਵਾਲਿਆਂ ਨੂੰ ਪਤਾ ਹੀ ਸੀ ਉਹ ਮੀਟਿੰਗ ਅਸਥਾਨ ਤਾਂ ਲਾਂਭੇ ਕਰ ਹੀ ਨਹੀਂ ਸਕਦੇ ਸਨ ਮੋਟਰਾਂ ਨੂੰ ਹੀ ਜਿਨ੍ਹਾਂ ਵਿੱਚ ਅਸੀਂ ਸਵਾਰ ਸੀ ਦੂਜੀ ਸੜਕੇ ਵਿੰਗੇ ਰਸਤੇ ਲੰਘਾ ਦਿੱਤਾ ਸਾਰੇ ਦੇਸ਼ ਭਗਤ ਉਡੀਕਦੇ ਹੀ ਰਹਿ ਗਏ ਬੜੇ ਨਿਰਾਸ਼ ਹੋਏ ਹੋਣਗੇ ਸਾਨੂੰ ਵੀ ਬੜੀ ਨਿਰਾਸ਼ਤਾ ਹੋਈ ਸਾਡੀਆਂ ਲਾਰੀਆਂ ਉਹਨਾਂ ਨੇ ਮੀਟਿੰਗ ਅਸਥਾਨ ਕੋਲ ਖੜੀਆਂ ਕਰ ਲੈਣੀਆਂ ਮਿੱਥੀਆਂ ਹੋਈਆਂ ਸਨ ਪਰ CID ਵਾਲੇ ਪਹਿਲਾਂ ਹੀ ਤਾੜ ਗਏ ਬਿਹਾਰੀ ਭੁਚੰਗੀ ਲੁਕਨੇ ਹੋਰੀ ਨਿੱਕੂ ਫੌਜਾਂ ਦੂਰ ਤਾਈਂ ਲਾਰੀਆਂ ਦੇ ਪਿੱਛੇ ਤੱਕਦੀਆਂ ਛਪਨ ਹੋ ਗਈਆਂ ਵੀਰ ਸੋਹਣ ਸਿੰਘ ਵਾਲੀ ਲਾਰੀ ਵਿੱਚ ਅਸੀਂ ਸੱਜ ਗਏ ਐਨ ਵੀਰ ਸੋਹਣ ਸਿੰਘ ਨੇ ਆਪਣੇ ਪਾਸ ਹੀ ਮੇਰੇ ਵਾਸਤੇ ਸੀਟ ਰਿਜ਼ਰਵ ਰੱਖ ਲਈ ਅਰ ਅੱਜ ਦਿਲ ਦੇ ਜਿਗਰੀਆਂ ਦੇ ਖੁੱਲੀਆਂ ਜਫੀਆਂ ਪਾ ਪਾ ਮੇਲੇ ਹੋਏ ਸਭਨਾਂ ਦੇ ਚਿਹਰੇ ਉੱਤੇ ਗੱਜ ਗੱਜ ਲਾਲੀਆਂ ਚੜ੍ਹੀਆਂ ਹੋਈਆਂ ਸਨ ਐਸਾ ਭਾਸਦਾ ਸੀ ਕਿ ਕੋਈ ਜੰਜ ਚੜ੍ਹੀ ਜਾਂਦੀ ਹੈ ਲੋਕ ਦੇਖ ਕੇ ਹੈਰਾਨ ਸਨ ਕਿ ਇਹਨਾਂ ਨੂੰ ਦੇਸੀ ਪਰਦੇਸੀ ਬੱਧੇ ਜਾਣ ਦਾ ਫਿਕਰ ਹੀ ਨਹੀਂ ਸਭ ਦੇ ਚਿੱਤ ਵਿੱਚ
ਇਹ ਨਿਸ਼ਚਾ ਹੋ ਗਿਆ ਕਿ ਇਹਨਾਂ ਦਾ ਚਲਾਣ ਪੰਜਾਬ ਨੂੰ ਹੋਇਆ ਹੈ, ਉੱਥੇ ਜਾ ਕੇ ਇਹ ਰਿਹਾਅ ਹੋ ਜਾਣਗੇ। ਬਰਸਾਂ ਬੱਧੀ ਜੇਲ੍ਹਾਂ ਦੀ ਚਾਰ ਦੀਵਾਰੀ ਵਿੱਚ ਦਿਨ ਰਾਤ ਬੰਦ ਹੋਏ ਰਹਿੰਦੀਆਂ ਨੂੰ ਅੱਜ ਖੁੱਲ੍ਹੀਆਂ ਪੌਣਾਂ ਬਾਹਰ ਦੀਆਂ ਲੱਗੀਆਂ, ਮਾਨੋ ਬਹਿਸ਼ਤਾਂ ਦੀਆਂ ਸਹਿਰਾਂ ਹੋਈਆਂ। ਠੰਡੇ ਪਹਾੜੀ ਦੇਸ਼ ਦੇ ਸੁਹਾਵਣੇ ਨਜ਼ਾਰੇ, ਚਾਰ ਚੁਫੇਰੇ ਸਬਜ਼ਾਦਾਰ ਅਤੇ ਕੁਦਰਤੀ ਲੈ ਲਹਾਮ ਦੀ ਅਦੁੱਤੀ ਬਹਾਰ ਬੱਝੀ ਹੋਈ, ਕਿਤੇ ਹਰਿਆਵਲੇ ਖੇਤ, ਕਿਤੇ ਚੁਤਰਫੇ ਪਰਬਤਾਂ ਦੀ ਪਾਂਤੋਂ ਪਾਂਤ ਕਤਾਰ, ਕਿਤੇ ਦੂਰ ਤਾਈਂ ਸੰਘਣੇ ਜੰਗਲ ਅਤੇ ਲੈ ਲਹਾਉਂਦੇ ਬਿਰਛਾਂ ਦੇ ਝੁੰਡਾਂ ਦੇ ਝੁੰਡ, ਨੌ ਬਹਾਰੀ ਫੁਹਾਰਾਂ ਦੇ ਪਵਨ ਝਕੋਲੇ ਮੋਟਰ ਲਾਰੀਆਂ ਵਿੱਚ ਬੈਠਿਆਂ ਨੂੰ ਠੰਡੇ ਠਾਰ ਕਰੀ ਜਾਂ, ਨਿਲੰਬਰੀ ਆਕਾਸ਼ ਪੁਲਾੜ ਜ਼ਮੁਰਦੀ ਪਹਾੜਾਂ ਦੇ ਉੱਪਰ ਦੀ ਅਤੇ ਵਿੱਚ ਦੀ ਅਜਬ ਫਬੀ ਛਬੀ ਸ਼ਾਮ ਦਿਖਾ ਰਿਹਾ ਸੀ। ਕੁਦਰਤੀ ਕਾਇਨਾਤ ਵੇਖ ਵੇਖ ਕਾਦਰੀ ਰੰਗਾਂ ਵਿੱਚ ਹੋਰ ਵੀ ਮਹਿਵ ਹੋ ਜਾਂਦਾ ਸੀ। ਵੀਰ ਸੋਹਣ ਸਿੰਘ ਜੀ ਪਾਸ ਬੈਠੇ ਇਸ ਰਸ ਮਗਨਤਾ ਨੂੰ ਹੋਰ ਵੀ ਵਧਾਈ ਜਾਂਦੇ ਸੀ ਅਤੇ ਇਸ ਦੇਸ਼ ਦੀ ਵਸੋਂ ਵਰਤੋਂ ਦੀਆਂ ਰਮਜ਼ਾਂ ਸੁਣਾਏ ਸੁਣਾਏ ਉਸ ਕੁਦਰਤੀ ਆਨੰਦ ਰਸ ਨੂੰ ਹੋਰ ਵੀ ਵਧਾ ਰਹੇ ਸਨ। ਵੀਰ ਸੋਹਣ ਸਿੰਘ ਜੀ ਨੇ ਗੁਪਤ ਸੇਵਾ ਅਰਪਣ ਕਰਨ ਲਈ ਅਤੀਸੇ ਕਰਕੇ ਮਜਬੂਰ ਕੀਤਾ ਅਤੇ ਉਹ ਹਮਦਰਦੀ ਦਿਖਾਈ ਜੋ ਅੰਤਲੇ ਸਵਾਸਾਂ ਤੱਕ ਯਾਦ ਰਹੇਗੀ। ਅਸੀਂ ਇਸ ਸੇਵਾ ਦੇ ਬਦਲੇ ਕਿਤੇ ਵੀ ਨਹੀਂ ਦੇ ਸਕਦੇ। ਅੱਧ ਵਿੱਚ ਜਾ ਕੇ ਅਰਥਾਤ ਹਜ਼ਾਰੀ ਬਾਗ ਤੋਂ 20 ਕੁ ਮੀਲ ਦੇ ਫਾਸਲੇ 'ਤੇ ਮੋਟਰ ਲਾਰੀਆਂ ਖੜ੍ਹੀਆਂ ਕੀਤੀਆਂ ਗਈਆਂ। ਇੱਥੇ ਛੋਟਾ ਜਿਹਾ ਇੱਕ ਜੰਗਲੀ ਪਿੰਡ ਸੀ ਅਤੇ ਕੁਛ ਦੁਕਾਨਾਂ ਐਨ ਸੜਕ ਉੱਪਰ ਹੀ ਸਨ। ਆਰਾਮ ਕਰਨ ਇੱਥੇ ਠਹਿਰੇ, ਪਰ ਇਤਨੇ ਵਿੱਚ ਹੀ ਉੱਥੇ ਨਗਰ ਨਿਵਾਸੀਆਂ ਦਾ ਤਕੜਾ ਇਕੱਠ ਹੋ ਗਿਆ। ਉਹਨਾਂ ਨੂੰ ਕਿਸੇ ਵਿੱਧ ਪਤਾ ਲੱਗ ਗਿਆ ਕਿ ਇਹ ਦੇਸ਼ ਭਗਤਾਂ ਦੀਆਂ ਫੌਜਾਂ ਚਲਾਣ ਹੋਈਆਂ ਜਾ ਰਹੀਆਂ ਹਨ। ਰਾਹ ਵਿੱਚ ਇੱਕ ਪਿੰਡ ਵਾਲਿਆਂ ਨੇ ਥੈਲੀਆਂ ਪੇਸ਼ ਕੀਤੀਆਂ। ਦਮੜਿਆਂ ਦੀਆਂ ਥੈਲੀਆਂ ਉਦਾਲੇ ਲਈ ਫਿਰਨ, ਬੜਾ ਹੀ ਪੁੱਜ ਕੇ ਪ੍ਰੇਮ ਕੀਤਾ, ਬੱਚੇ ਬੱਚੇ ਵਿੱਚ ਦੇਸ਼ ਭਗਤੀ ਦਾ ਪ੍ਰੇਮ। ਅਸੀਂ ਦੇਸ਼ ਦੀ ਇਹ ਦਸ਼ਾ ਦੇਖ ਕੇ ਬੜੇ ਨਿਹਾਲ ਹੋਏ। ਇੱਕ ਹਿੰਦੂ ਦੇਸ਼ ਭਗਤ ਨੇ ਮੱਲੋ ਮੱਲੀ 100 ਦਮੜੇ ਦੀ ਥੈਲੀ ਅਰਪਣ ਕਰ ਹੀ ਦਿੱਤੀ। ਵੀਰ ਪਿਆਰੇ ਭਾਈ ਸੋਹਣ ਸਿੰਘ ਨੇ ਜਦ ਦੇਖਿਆ ਕਿ ਉਹ ਟਲਦਾ ਹੀ ਨਹੀਂ ਤਾਂ 100 ਦਮੜੇ ਦਾ ਨੋਟ ਆਪਣੇ ਪਾਸੋਂ ਕੱਢ ਕੇ ਉਸਨੂੰ 100 ਦਮੜਿਆਂ ਦੇ ਬਦਲੇ ਫੜਾ ਦਿੱਤਾ। ਉਹ ਲਵੇ ਨਾ ਤੇ ਵੀਰ ਹੋਰੀ ਦੇਣੋਂ ਨਾ ਹਟਣ। ਉੜਕ ਅੱਧੋ ਅੱਧ ਹਿੱਸਾ ਮਿਲਾਉਣ ਦਾ ਫੈਸਲਾ ਹੋਇਆ। ਸਾਨੂੰ ਵੀ ਸੰਕੋਚ ਸੀ, ਅਸੀਂ ਬਥੇਰੇ ਵਾਹਣੇ ਵਾਹੇ ਪਰ ਉਹ ਇੱਕ ਨਾ ਸੁਣੇ। ਲਈ ਦੇ ਦਈਏ ਵੀਰ ਸੋਹਣ ਸਿੰਘ ਜੀ ਜੈ ਵਿਜੇ ਪਾ ਹੀ ਗਏ। ਉੱਥੋਂ ਸਵਾਰ ਹੋ ਕੇ ਲਾਰੀਆਂ ਵਿੱਚ ਹੀ ਲਹਿਰੇ ਲੈਂਦੇ ਹੋਏ ਹਜ਼ਾਰੀ ਬਾਗ ਰੋਡ ਰੇਲਵੇ ਸਟੇਸ਼ਨ ਦੇ ਨੇੜੇ ਜਾ ਪੁੱਜੇ। ਰਸਤੇ ਵਿੱਚ ਵੀਰ ਸੋਹਣ ਸਿੰਘ ਜੀ ਨੇ ਪਾਰਸਨਾਥ ਪਹਾੜ ਦੇ ਰਮਣੀਕ ਦਰਸ਼ਨ ਦੂਰੋਂ ਹੀ ਕਰਾਏ ਅਤੇ ਉਸ ਸੰਬੰਧੀ ਸੰਖੇਪ ਸਮਾਚਾਰ ਵੀ ਦੱਸੇ। ਵੀਰ ਸੋਹਣ ਸਿੰਘ ਜੀ ਨੇ ਬੜੀ ਤੀਬਰ ਇੱਛਾ ਪ੍ਰਗਟ ਕੀਤੀ ਕਿ ਜਦੋਂ ਗੁਰੂ ਨੇਤ ਅਨੁਸਾਰ ਬੰਦ ਖਲਾਸੀਆਂ ਪ੍ਰਾਪਤ ਹੋ ਜਾਣ ਤਾਂ ਕੀਰਤਨੀ ਜਥਾ ਲੈ ਕੇ ਇੱਧਰ ਆਵੋ। ਇੱਧਰ ਪਿੰਡਾਂ ਦੇ ਪਿੰਡ ਗੁਰਮਤਿ ਗ੍ਰਹਿਣ ਕਰਨ ਨੂੰ ਤਿਆਰ ਹਨ। ਖਾਸ ਕਰ ਪਾਰਸਨਾਥ ਪਹਾੜ ਉੱਤੇ ਤਾਂ ਬੜੀ ਸੁਖੈਨ ਸਹਿਜਤਾ ਸੇਤੀ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਖਾਲਸਾ ਪੰਥ ਦਾ ਸਿੱਕਾ ਜੰਮ ਸਕਦਾ ਹੈ। ਉੱਥੇ ਦੇ ਵਸਨੀਕ ਜੈਨੀ ਹਨ ਪਰ ਗੁਰੂ ਨਾਨਕ ਸਾਹਿਬ ਜੀ ਉੱਪਰ ਬੜੀ ਅਪਾਰ ਸ਼ਰਧਾ ਰੱਖਦੇ ਹਨ। ਹਜ਼ਾਰੀ ਬਾਗ ਸਟੇਸ਼ਨ ਪਰ ਪਹੁੰਚਣਾ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਭਾਵਸ਼ਾਲੀ ਮਹਿਮਾ ਕੀਰਤੀ ਦੇ ਸ਼ਬਦ ਸੁਣਦੇ ਸੁਣਦੇ ਧੁਰ ਸਟੇਸ਼ਨ ਤੇ ਜਾ ਪਹੁੰਚੇ। ਅੱਗੇ ਜਾਂਦਿਆਂ ਨੂੰ ਟਕੋ ਟਕੀ ਸਾਰੇ ਸਟੇਸ਼ਨ ਦੇ ਉਦਾਲੇ ਮਿਲਟਰੀ ਪੁਲਿਸ ਦੀਆਂ ਗਾਰਦਾਂ ਫਾਲਨ ਹੋਈਆਂ ਖੜੋਤੀਆਂ ਸਨ। ਜਦੋਂ ਪੁਲਿਸ ਸੁਪਰੀਟੈਂਡੈਂਟ ਸਾਹਮਣੇ ਆਇਆ ਤਾਂ ਵੀਰ ਜਿੰਦਰ ਸਿੰਘ ਜੀ ਗੱਜ ਕੇ ਉਸਨੂੰ ਬੋਲੇ, ਸਲਾਮੀ ਲਓ। ਉਹ ਸਮਝਿਆ ਤਾਂ ਕੁਛ ਨਾ ਪਰ ਸਾਡੇ ਮੂਹਰੇ ਮੂਹਰੇ ਤੁਰ ਪਿਆ। ਅਸੀਂ ਪਲੇਟਫਾਰਮ 'ਤੇ ਜਾਣ ਲਈ ਲਾਈਨ ਕਰਾਸੀ ਪੁਲ ਉੱਤੋਂ ਦੀ ਚੜ ਰਹੇ ਸੀ, ਨਾਲੇ ਸ਼ਬਦ ਪੜ੍ਹਦੇ ਜਾਂਦੇ ਸੀ। ਪੁਲ ਚੜ੍ਹਨ ਸਮੇਂ ਸੁਪਰੀਟੈਂਡੈਂਟ ਬੋਲਿਆ, ਜੋੜੀ ਜੋੜੀ ਦੀ ਫਾਰਮ ਬਣਾਓ। ਭਲਾ ਖਾਲਸਾ ਕੀਰਤਨ ਕਰਦਾ ਹੋਇਆ ਇਹਨਾਂ ਫੜੀਆਂ ਫਾਰਮਾਂ ਵੱਲ ਕਦ ਧਿਆਨ ਦਿੰਦਾ ਹੈ? ਆਪਣੀਆਂ ਸ਼ਬਦ ਦੀਆਂ ਮੌਜਾਂ ਵਿੱਚ ਮੇਲ ਦਾ ਮਸਤ ਮੈਗਲ ਹਾਥੀ ਦੀ ਨਿਆਈ ਬੇਪਰਵਾਹ ਚੱਲਿਆ ਜਾ ਰਿਹਾ ਸੀ। ਕਿਸੇ ਨੇ ਗੁਮੇ ਹੀ ਨਾ ਕੀਤੀ ਕਿ ਕੌਣ ਕੀ ਆਖਦਾ ਹੈ। ਉਸਨੇ ਇਸ ਗੱਲੇ ਆਪਣੀ ਬੜੀ ਹੀਨਤਾ ਮੰਨੀ ਅਤੇ ਸਭ ਤੋਂ ਮੂਹਰੇ ਜਾ ਰਹੇ ਇੱਕ ਸਾਥੀ ਨੂੰ ਮੋਢਿਓਂ ਫੜ ਕੇ ਅਟਕਾਉਣ ਲੱਗਾ ਕਿ ਸਾਡੇ ਸਾਰੇ ਸਾਥੀ ਕੜਕਵੀਂ ਆਵਾਜ਼ ਨਾਲ ਗੱਜ ਕੇ ਪਏ ਕਿ ਖਬਰਦਾਰ ਜੇ ਹੱਥ ਲਾਇਆ ਹੈ। ਅਤੇ ਵੀਰ ਕਰਤਾਰ ਸਿੰਘ ਜੀ ਨੇ ਉਸਨੂੰ ਚੰਗੀ ਤਰ੍ਹਾਂ ਤਾੜ ਕੇ ਸਮਝਾਇਆ। ਜਦੋਂ ਗੱਲ ਵਿਗੜੀ ਦੇਖੀ ਤਾਂ ਮੈਨੂੰ ਕਹਿਣ ਲੱਗਾ ਕਿ ਇਹਨਾਂ ਨੂੰ ਕਿਵੇਂ ਸ਼ਾਂਤ ਕਰੋ। ਮੈਂ ਉਸਨੂੰ ਆਖਿਆ, ਜ਼ਬਾਨੀ ਜੋ ਕੁਛ ਕਹਿਣਾ ਹੈ ਸੋ ਆਖੋ, ਵੇਖੋ ਹੱਥੋਂ ਪਾਈ ਨਾ ਕਰੋ।
ਤੁਸੀਂ ਤਾਂ ਮੁਹੱਜਬ ਕੌਮ ਵਿੱਚ ਹੋਣ ਦਾ ਦਾਅਵਾ ਕਰਦੇ ਹੋ, ਕਿਆ ਇਹੋ ਤੁਹਾਡੀ ਤਹਿਜ਼ੀਬ ਹੈ? ਖੈਰ, ਇਸ ਪ੍ਰਕਾਰ ਉਸਨੂੰ ਸਮਝਾ ਕੇ ਫੇਰ ਮੈਂ ਆਪਣੇ ਵੀਰਾਂ ਨੂੰ ਠੰਡੇ ਕੀਤਾ। ਉਹ ਮੇਰਾ ਬੜਾ ਸ਼ੁਕਰਗੁਜ਼ਾਰ ਹੋਇਆ। ਪਰ ਹੁਣ ਇੱਕ ਹੋਰ ਪੁਆੜਾ ਪੈ ਗਿਆ। ਜਿਹੜਾ ਡੱਬਾ ਸਾਡੇ ਲਈ ਉਹਨਾਂ ਰਿਜ਼ਰਵ ਕਰ ਰੱਖਿਆ ਸੀ, ਉਸ ਵਿੱਚ ਸਿੱਖਾਂ ਆਦਿਕ ਲਾਉਣ ਦੀ ਤਕੜਾਈ ਤਾਂ ਚੰਗੀ ਕੀਤੀ ਹੋਈ ਸੀ, ਪਰ ਉਸ ਵਿੱਚ ਟੱਟੀ ਪਿਸ਼ਾਬ ਲਈ ਕੋਈ ਵੀ ਜਗ੍ਹਾ ਨਹੀਂ ਸੀ ਰੱਖੀ ਹੋਈ। ਅਸੀਂ ਉੱਥੇ ਹੀ ਡਟ ਗਏ ਅਤੇ ਚੱਲਨੋਂ ਖੜ ਗਏ ਕਿ ਜਦ ਤਾਈਂ ਗੱਡੀ ਨਹੀਂ ਬਦਲੇਗੀ ਜਾਂ ਟੱਟੀ ਪਿਸ਼ਾਬ ਦਾ ਕੋਈ ਬੰਦੋਬਸਤ ਨਹੀਂ ਬਣੇਗਾ, ਅਸੀਂ ਇਸ ਗੱਡੀ ਵਿੱਚ ਪੈਰ ਨਹੀਂ ਪਾਉਣਾ, ਚਾਹੇ ਲੱਖ ਯਤਨ ਕਰ ਲਵੋ। ਸਾਨੂੰ ਲੋਹੇ ਲਾਖ ਹੋਏ ਖੜਿਆਂ ਨੂੰ ਦੇਖ ਕੇ ਸਭ ਠੰਭਰ ਗਏ। ਕਿਸੇ ਨੂੰ ਕੁਛ ਕਹਿਣ ਦਾ ਹੌਂਸਲਾ ਨਹੀਂ ਪੈ ਸਕਿਆ। ਫਿਰ ਤਾਂ ਸਾਡੀ ਚੜ ਮੱਚੀ। ਅਸੀਂ ਸੁਪਰੀਟੈਂਡੈਂਟ ਨੂੰ ਖੂਬ ਧਰ ਕੇ ਦਬੱਲਿਆ ਕਿ ਇਹੋ ਤੁਹਾਡਾ ਇੰਤਜ਼ਾਮ ਹੈ, ਇਸੇ ਵਾਸਤੇ ਇਤਨਾ ਤਾਂਗੜਦੇ ਸੀ। ਉਹ ਬੜਾ ਹੀ ਸ਼ਰਮਿੰਦਾ ਹੋਇਆ ਅਤੇ ਸ਼ਰਮੋ ਕੁਸ਼ਰਮੀ ਹੋਰ ਤਾਂ ਉਸਨੂੰ ਕੁਛ ਨਾ ਔੜਿਆ। ਜੇਲ੍ਹ ਵਾਲਿਆਂ ਉੱਤੇ ਹੀ ਇਹ ਕਸੂਰ ਥੱਪਿਆ ਕਿ ਸਭ ਕਸੂਰ ਜੇਲ੍ਹ ਵਾਲਿਆਂ ਦਾ ਹੈ, ਉਹਨਾਂ ਨੇ ਇੰਤਜ਼ਾਮ ਕਰਨਾ ਸੀ। ਅਸੀਂ ਆਖਿਆ, ਚਲੋ ਸਾਨੂੰ ਵਾਪਸ ਹੀ ਲੈ ਚੱਲੋ, ਅਸੀਂ ਆਪ ਹੀ ਜੇਲ੍ਹ ਵਾਲਿਆਂ ਨਾਲ ਸਮਝਾਂਗੇ। ਸੁਪਰੀਟੈਂਡੈਂਟ, ਮੈਨੂੰ ਵਾਪਸ ਲੈ ਜਾਣ ਦਾ ਹੁਕਮ ਨਹੀਂ, ਰੇਲ ਚਾੜਨ ਦਾ ਹੀ ਹੈ। ਅਸੀਂ, ਪਰ ਅਸੀਂ ਚੜੀਏ ਕਿੱਥੇ? ਸਾਨੂੰ ਕਿਸੇ ਹੋਰ ਡੱਬੇ ਵਿੱਚ ਚੜਾ ਦੇਵੋ। ਸੁਪਰੀਟੈਂਡੈਂਟ, ਹੋਰ ਕਿਸੇ ਡੱਬੇ ਵਿੱਚ ਕਿਵੇਂ ਚੜ ਦੇਵਾਂ? ਉੱਥੇ ਸੀਖਾਂ ਨਹੀਂ ਲੱਗੀਆਂ ਹੋਈਆਂ, ਨਾਲੇ ਇਹੋ ਡੱਬਾ ਤੁਹਾਡੀ ਨਿਮਿਤ ਰਿਜ਼ਰਵ ਹੈ, ਹੁਣ ਹੋਰ ਖਾਲੀ ਕਰਾਉਣਾ ਵੀ ਔਖਾ ਹੈ। ਅਸੀਂ, ਫਿਰ ਇਸ ਵਿੱਚ ਹੀ ਟੱਟੀ ਪਿਸ਼ਾਬ ਦਾ ਇੰਤਜ਼ਾਮ ਕਰਾ ਦੇਵੋ। ਸੁਪਰੀਟੈਂਡੈਂਟ, ਇਹ ਵੀ ਹੁਣ ਹੋਣਾ ਬਹੁਤ ਔਖਾ ਹੈ। ਅਸੀਂ, ਸੁਪਰੀਟੈਂਡੈਂਟ ਬਣਨਾ ਹੀ ਸੌਖਾ ਹੈ, ਸਾਡੀ ਔਖ ਵੱਲ ਵੀ ਖਿਆਲ ਕਰੋ ਕਿ ਕਿੰਨਾ ਲੰਬਾ ਸਫ਼ਰ ਹੈ ਅਤੇ ਕਿੰਨੇ ਦਿਨ ਸਾਨੂੰ ਇਸ ਡੱਬੇ ਵਿੱਚ ਤੜੇ ਰਹਿਣਾ ਪੈਣਾ ਹੈ। ਟੱਟੀ ਪਿਸ਼ਾਬ ਕੀਤੇ ਬਿਨਾਂ ਸਾਡਾ ਕਿਵੇਂ ਗੁਜ਼ਾਰਾ ਹੋਵੇਗਾ? ਇੱਕ ਦੇਸੀ ਇੰਸਪੈਕਟਰ ਜੋ ਸਾਡੇ ਨਾਲ ਹੀ ਜਾਣ ਵਾਲਾ ਸੀ ਬੋਲਿਆ ਕਿ ਪਿਸ਼ਾਬ ਤਾਂ ਸੀਖਾਂ ਥਾਣੀ ਖੜ੍ਹੇ ਹੋ ਕੇ ਵੀ ਕੀਤਾ ਜਾ ਸਕਦਾ ਹੈ। ਅਸੀਂ ਕਈ ਜਣੇ ਇੱਕ ਕੜਕ ਵੀ ਆਵਾਜ਼ ਨਾਲ ਬੋਲੇ, ਅਸੀਂ ਬੇਸ਼ਰਮ ਜਾਂ ਪਸ਼ੂ ਨਹੀਂ ਕਿ ਇੱਕ ਦੂਜੇ ਦੇ ਸਾਹਮਣੇ ਨੰਗੇ ਹੋ ਕੇ ਪਿਸ਼ਾਬ ਕਰ ਸਕਦੇ ਹਾਂ। ਭਲਾ ਪਿਸ਼ਾਬ ਤਾਂ ਕਰ ਹੀ ਲਈਏ, ਟੱਟੀ ਕਿੱਥੇ ਅਤੇ ਕਿਵੇਂ ਕਰਾਂਗੇ? ਤੁਹਾਨੂੰ ਇਹ ਉਲਟੀ ਗੱਲ ਕਿਉਂ ਸੁੱਝੀ? ਅਸੀਂ ਤਾਂ ਤੁਹਾਡੇ ਸੁਪਰੀਟੈਂਡੈਂਟ ਨਾਲ ਬਾਤ ਕਰ ਰਹੇ ਹਾਂ ਅਤੇ ਉਹ ਇਸ ਤਕਲੀਫ਼ ਨੂੰ ਪ੍ਰਤੀਤ ਕਰ ਚੁੱਕਾ ਹੈ, ਪਰ ਉਸਨੂੰ ਇਸ ਵੇਲੇ ਇਸ ਦਾ ਚੰਗਾ ਹੱਲ ਨਹੀਂ ਸੁੱਝਦਾ, ਕਿਉਂਕਿ ਆਮ ਰੇਲ ਡੱਬਿਆਂ ਵਿੱਚ ਸੀਖਾਂ ਨਹੀਂ ਲੱਗੀਆਂ ਹੁੰਦੀਆਂ ਅਤੇ ਇਸ ਸਟੇਸ਼ਨ ਉੱਤੇ ਸੀਖਾਂ ਵਾਲਾ ਇਸ ਵਕਤ ਹੋਰ ਡੱਬਾ ਨਹੀਂ ਲੱਗ ਸਕਦਾ। ਤੁਹਾਡੇ ਦਿਮਾਗ ਵਿੱਚੋਂ ਇਸ ਦਾ ਚੰਗਾ ਹੱਲ ਨਿਕਲ ਸਕਦਾ ਹੈ ਤਾਂ ਆਪਣੇ ਸੁਪਰੀਟੈਂਡੈਂਟ ਨੂੰ ਕੱਢ ਕੇ ਦੱਸੋ ਤਾਂ ਕਿ ਤੁਹਾਡੀ ਸਿਫਾਰਿਸ਼ ਕਰ ਦੇਵੇ ਅਤੇ ਤੁਹਾਡੀ ਤਰੱਕੀ ਹੋ ਜਾਵੇ। ਐਵੇਂ ਵਾਧੂ ਫਜ਼ੂਲ ਗੱਲਾਂ ਵਿੱਚ ਕੀ ਫਾਇਦਾ? ਗੋਰੇ ਇੰਸਪੈਕਟਰ ਦੀ ਦਲੇਰੀ। ਇੱਥੇ ਗੱਲ ਬਹੁਤ ਵਿਗੜ ਚੱਲੀ ਸੀ ਕਿ ਉਹ ਸ਼ਰੀਫ਼ ਮਿਸ਼ਨਰੀ ਗੋਰਾ ਇੰਸਪੈਕਟਰ, ਜਿਸਨੇ ਕਿ ਸਾਡੇ ਨਾਲ ਜਾਣਾ ਸੀ ਅਤੇ ਜਿਸ ਦਾ ਚਾਰਜ ਸੀ, ਵਿੱਚ ਪੈ ਗਿਆ। ਉਹ ਨਰਮੀ ਅਤੇ ਭਲਮਨ ਸਹੂ ਨਾਲ ਬੋਲਿਆ ਕਿ ਇਸ ਵਿੱਚ ਪੰਜਾਬੀ ਸਿੱਖ ਭਾਈ ਹੱਕ ਬਜਾਨਬ ਹਨ। ਵਾਕਈ ਇਹ ਸਾਡਾ ਕਸੂਰ ਹੈ, ਭਾਵੇਂ ਰੇਲਵੇ ਵਾਲਿਆਂ ਦਾ ਭਾਵੇਂ ਪੁਲਿਸ ਦਾ, ਪਰ ਇਸ ਭੁੱਲ ਦਾ ਕੁਫਾਰਾ ਹੁਣ ਹੋਰ ਕਿਸੇ ਵਿੱਧ ਵੀ ਨਹੀਂ ਭਰਿਆ ਜਾ ਸਕਦਾ। ਮੈਂ ਆਪਣੀ ਜ਼ਿੰਮੇਵਾਰੀ ਉੱਤੇ ਤੁਹਾਨੂੰ ਐਵੇਂ ਜਿਵੇਂ ਇਸੇ ਡੱਬੇ ਵਿੱਚ ਲੈ ਜਾਣਾ ਹੈ ਅਤੇ ਤੁਹਾਨੂੰ ਕੋਈ ਤਕਲੀਫ਼ ਵੀ ਨਹੀਂ ਹੋਣ ਦੇਣੀ। ਤੁਸੀਂ ਸਤਨਾਮ ਆਖ ਕੇ ਇਸੇ ਡੱਬੇ ਵਿੱਚ ਬੈਠ ਜਾਓ, ਮੈਂ ਵੀ ਇਸੇ ਡੱਬੇ ਵਿੱਚ ਬੈਠਾਂਗਾ। ਮੈਂ ਤੁਹਾਨੂੰ ਅਣਖੀ ਬਚਨ ਵਰਡ ਆਫ ਓਨਰ ਦਿੰਦਾ ਹਾਂ ਕਿ ਜਿੱਥੇ ਵੀ ਜਦੋਂ ਵੀ ਜਿਸ ਸਟੇਸ਼ਨ ਉੱਤੇ ਤੁਸੀਂ ਮੈਨੂੰ ਕਹੋਗੇ, ਮੈਂ ਉੱਥੇ ਹੀ ਤੁਹਾਨੂੰ ਗੱਡੀ ਖੋਲ੍ਹ ਕੇ ਅਤੇ ਪਲੇਟਫਾਰਮ 'ਤੇ ਉਤਾਰ ਕੇ ਜਾਂ ਦੂਜੀ ਗੱਡੀ ਵਿੱਚ ਲਿਜਾ ਕੇ ਟੱਟੀ ਪਿਸ਼ਾਬ ਕਰਾ ਦਿਆ ਕਰਾਂਗਾ। ਟੱਟੀ ਪਿਸ਼ਾਬ ਸੰਬੰਧੀ ਰੰਚਕ ਵੀ ਤਕਲੀਫ਼ ਕਿਸੇ ਨੂੰ ਨਹੀਂ ਹੋਣ ਦੇਵਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਗੁਰੂ ਕੇ ਸਿੱਖ ਬੜੇ ਧਰਮੀ ਬੰਦੇ ਹੋ, ਤੁਸੀਂ ਹਰ ਪ੍ਰਕਾਰ ਮੇਰੀ ਇੱਜ਼ਤ ਰੱਖੋਗੇ। ਜਦੋਂ ਮੈਂ ਤੁਹਾਡੇ ਨਾਲ ਅੱਛਾ ਸਲੂਕ ਕਰਾਂਗਾ ਤਾਂ ਤੁਸੀਂ ਵੀ ਮੇਰੀ ਪੈਜ ਰੱਖੋਗੇ। ਇਸ ਸ਼ਰੀਫ਼ ਮਿਸ਼ਨਰੀ ਗੋਰੇ ਇੰਸਪੈਕਟਰ ਦੀ ਗੱਲ ਉੱਤੇ ਸਾਨੂੰ ਯਕੀਨ ਆ ਗਿਆ ਕਿ ਇਹ ਜ਼ਰੂਰ ਆਪਣੇ ਬਚਨਾਂ ਨੂੰ ਪਾਲੇਗਾ, ਕਿਉਂਕਿ ਅੱਗੇ ਵੀ ਇਸਨੇ ਆਪਣੀ ਜ਼ਿੰਮੇਵਾਰੀ ਉੱਤੇ ਸਾਡੇ ਨਿਤਨੇਮ ਦੇ ਗੁਟਕੇ ਦਵਾ ਕੇ ਆਪਣੀ ਨੇਕ ਨਿਹਾਦੀ ਦਾ ਸਬੂਤ ਦਿੱਤਾ ਸੀ। ਇਸ ਦੀ ਨੇਕ ਨੀਅਤੀ ਇਸ ਦੇ ਚਿਹਰੇ ਤੋਂ ਹੀ ਟਪਕਦੀ ਸੀ। ਪੁਲਿਸ ਸੁਪਰੀਟੈਂਡੈਂਟ ਵੀ ਹੱਲ ਲੱਭਾ ਸਮਝ ਕੇ ਖੁਸ਼ ਹੋਇਆ ਅਤੇ ਕਹਿਣ ਲੱਗਾ ਕਿ ਅਬ ਬਹੁਤ ਅੱਛਾ ਹੋ ਜਾਏਗਾ, ਗਾਰੀ ਮੇਂ ਬੈਠ ਜਾਓ, ਹਮਕੋ ਬੜਾ ਅਫਸੋਸ ਹੈ ਕਿ ਰੇਲਵੇ ਵਾਲੋਂ ਨੇ ਇਸ ਬਾਟ ਕਾ ਖਿਆਲ ਨਹੀਂ ਕੀਆ, ਖੈਰ ਪਾਡਰੀ ਸਾਹਿਬ ਤੁਹਾਰੇ ਸਾਥ ਅੱਛਾ ਸਲੂਕ ਕਰੇਗਾ।
ਗੱਡੀ ਦਾ ਚੱਲਣਾ। ਅਸੀਂ ਮਿਸ਼ਨਰੀ ਇੰਸਪੈਕਟਰ ਦੇ ਹੀ ਦਿੱਤੇ ਕਾਲ ਨੂੰ ਮੁੱਖ ਰੱਖ ਕੇ ਗੱਡੀ ਵਿੱਚ ਬੈਠ ਗਏ ਤਾਂ ਸਭ ਨੇ ਸ਼ੁਕਰ ਮਨਾਇਆ ਕਿ ਸੋਹਣਾ ਤਸੱਲੀ ਵਾਲਾ ਸਮਝੌਤਾ ਹੋ ਗਿਆ। ਸਾਡੇ ਭੂਤਨੀ 'ਤੇ ਸਵਾਰ ਹੋਣ ਦੀ ਦੇਰ ਸੀ ਕਿ ਭੂਤਨੀ ਭੱਕ ਭੱਕ ਕਰਦੀ ਚੱਲ ਪਈ। ਅਗਲੇ ਸਟੇਸ਼ਨ 'ਤੇ ਹੀ ਉਸ ਸ਼ੁਭ ਨੀਤ ਵਾਲੇ ਬਚਨਪਾਲ ਗੋਰੇ ਇੰਸਪੈਕਟਰ ਨੇ ਸਾਡੇ ਡੱਬੇ ਦੇ ਬੂਹੇ ਖੋਲ੍ਹ ਦਿੱਤੇ ਅਤੇ ਹਾਜ਼ਤ ਰਫਾਈ ਕਰਨ ਲਈ ਖੁੱਲ੍ਹ ਦੇ ਦਿੱਤੀ। ਪਰ ਅਜੇ ਸਾਡੇ ਵਿੱਚੋਂ ਕਿਸੇ ਨੂੰ ਵੀ ਲੋੜ ਹੀ ਨਹੀਂ ਸੀ, ਇਸ ਵਾਸਤੇ ਕੋਈ ਵੀ ਨਾ ਉਤਰਿਆ। ਪਰ ਉਹ ਵਿਚਾਰਾ ਬਚਨਾਂ ਦਾ ਪੂਰਾ ਹਰੇਕ ਸਟੇਸ਼ਨ 'ਤੇ ਸਾਨੂੰ ਪੁੱਛ ਲਵੇ। ਸਫ਼ਰ ਦਾ ਹਾਲ ਗੱਲ ਕੀ, ਜਿਸ ਜਿਸ ਸਟੇਸ਼ਨ 'ਤੇ ਜਿਸ ਕਿਸੇ ਨੂੰ ਕਿਸੇ ਪ੍ਰਕਾਰ ਦੀ ਹਾਜ਼ਤ ਹੋਵੇ ਸੋ ਉਤਰ ਕੇ ਰਫ਼ਾ ਕਰ ਆਵੇ, ਉਹ ਵਿਚਾਰਾ ਬਿਲਕੁਲ ਹੁੱਤ ਨਾ ਕਰੇ। ਹਾਲਾਂਕਿ ਹਰੇਕ ਸਟੇਸ਼ਨ ਉੱਤੇ ਜਦ ਗੱਡੀ ਖੜ੍ਹੇ ਤਾਂ ਸੈਂਕੜੇ ਹੀ ਆਦਮੀਆਂ ਦੇ ਝੁੰਡਾਂ ਦੇ ਝੁੰਡ ਸਾਡੀ ਗੱਡੀ ਨੂੰ ਆ ਕੇ ਘੇਰ ਲੈਣ ਅਤੇ ਸਾਡੇ ਵਿੱਚ ਆ ਕੇ ਖਲਤ ਮਲਤ ਹੋ ਜਾਣ, ਪਰ ਉਹ ਕਿਸੇ ਨੂੰ ਨਾ ਹੋੜੇ। ਫਲਾਂ ਮੇਵਿਆਂ ਮਿਠਾਈਆਂ ਦੇ ਅੰਬਾਰ ਲੱਗ ਜਾਵਣ ਅਤੇ ਲੋਕੀ ਮਾਇਆ ਦੀਆਂ ਥੈਲੀਆਂ ਨਿਛਾਵਰ ਕਰਨ ਲਈ ਸਾਡੇ ਉਦਾਲੇ ਚੁੱਕੀ ਫਿਰਨ, ਅਸੀਂ ਅੰਗੀਕਾਰਤਾ ਦੇ ਥਾਂ ਧੰਨਵਾਦੀ ਅਸੀਸ ਲੋਰੀ ਦੇ ਛੱਡੀ। ਖੂਬ ਮੁਲਕ ਦੀਆਂ ਖੁੱਲ੍ਹੀਆਂ ਖ਼ਬਰਾਂ ਅਖ਼ਬਾਰ ਸਾਨੂੰ ਦੇ ਜਾਣ, ਉਹ ਕਿਸੇ ਨੂੰ ਨਾ ਵਰਜੇ। ਅਸੀਂ ਦੇਸ਼ ਦੀ ਦਸ਼ਾ ਪਲਟੀ ਦੇਖ ਦੇਖ ਦੰਗ ਹੋ ਜਾਈਏ। ਕਿੱਥੇ ਉਹ ਦਿਨ ਕਿ ਜਦ ਅਸੀਂ 1917 ਵਿੱਚ ਮੁਲਤਾਨੋ ਹਜ਼ਾਰੀ ਬਾਗ ਚਲਾਣ ਕਿਤੇ ਜਾ ਰਹੇ ਸਾਂ, ਉਦੋਂ ਕੋਈ ਸਿੱਖ ਵੀ ਸਾਡੀ ਗੱਡੀ ਦੇ ਨੇੜੇ ਨਾ ਢੁਕੇ, ਸਗੋਂ ਸਾਡੀ ਸ਼ਕਲ ਦੇਖ ਕੇ ਹੀ ਦੂਰੋਂ ਭੱਜ ਜਾਣ। ਅਤੇ ਜਿੱਥੇ ਅੱਜ 1921 ਸਾਲ ਦੀਆਂ ਦੇਸ਼ ਲਹਿਰਾਂ ਬੱਚੇ ਬੱਚੇ ਵਿੱਚ ਅਕਹਿ ਜੋਸ਼ ਦੇਸ਼ ਭਗਤੀ ਦਾ ਫੁੱਟ ਫੁੱਟ ਪਵੇ, ਬੜਾ ਚਿੱਤ ਪ੍ਰਸੰਨ ਹੋਇਆ। ਸਾਰੀਆਂ ਕਦਰੂਤਾਂ ਦੂਰ ਹੋ ਗਈਆਂ, ਬਾਹਰੋਂ ਸਾਰੇ ਦੇਸ਼ ਭਗਤ ਇਹੋ ਵਧਾਈਆਂ ਦੇਣ ਕਿ ਇਹ ਸਭ ਤੁਹਾਡੀਆਂ 1914 ਤੋਂ 1915 ਵਾਲੇ ਦੇਸ਼ ਭਗਤਾਂ ਦੀਆਂ ਕਮਾਈਆਂ ਨੂੰ ਹੀ ਫਲ ਲੱਗ ਰਹੇ ਹਨ ਕਿ ਮੁਲਕ ਦੀ ਅੱਜ ਇਹ ਖੁੱਲ੍ਹ ਡੁੱਲਵੀਂ ਚੜ੍ਹਦੀ ਕਲਾ ਹੈ। ਹਰ ਨਵੇਂ ਸਟੇਸ਼ਨ 'ਤੇ ਨਵੇਂ ਜੋਸ਼, ਨਵੇਂ ਰੰਗ ਅਤੇ ਵੱਧ ਤੋਂ ਵੱਧ ਦੇਸ਼ ਭਗਤੀ ਦੀਆਂ ਦਰਦ ਭਰੀਆਂ ਹਮਦਰਦੀਆਂ, ਬੜੇ ਖੁੱਲ੍ਹੇ ਡੁੱਲੇ ਆਨੰਦ ਮੇਲੇ ਹੋਏ। ਅਸੀਂ ਉਸ ਆਪਣੇ ਇੰਚਾਰਜ ਗੋਰੇ ਇੰਸਪੈਕਟਰ ਦੀ ਖੁਸ਼ ਖੁਲਕੀ ਉੱਪਰ ਬੜੇ ਹੀ ਪ੍ਰਸੰਨ ਹੋਏ। ਇੱਕ ਵੱਡੇ ਸਟੇਸ਼ਨ ਪਰ ਲੰਗਰ ਸਜਾਣਾ, ਫਿਰ ਇੱਕ ਜੰਕਸ਼ਨੀ ਸਟੇਸ਼ਨ ਉੱਤੇ ਗੱਡੀ ਨੇ ਕਈ ਘੰਟੇ ਠਹਿਰਨਾ ਸੀ। ਉੱਥੇ ਉਹਨਾਂ ਸਟੇਸ਼ਨ ਤੋਂ ਕੁਛ ਦੂਰ ਦੇ ਫਾਸਲੇ 'ਤੇ ਖੁੱਲ੍ਹੇ ਖੇਤਾਂ ਵਿੱਚ ਹੀ ਸਾਡੀ ਗੱਡੀ ਤੁੜਵਾ ਕੇ ਖੜ੍ਹੀ ਕਰ ਦਿੱਤੀ ਅਤੇ ਸਾਨੂੰ ਖੁੱਲ੍ਹ ਦੇ ਦਿੱਤੀ ਕਿ ਉਤਰ ਕੇ ਆਪਣੇ ਪ੍ਰਸ਼ਾਦੇ ਆਪਣੇ ਹੱਥੀਂ ਸਜਾਓ। ਸਾਡੇ ਵਿੱਚੋਂ 2-3 ਸੱਜਣ 2 ਸਿਪਾਹੀਆਂ ਨੂੰ ਨਾਲ ਲੈ ਕੇ ਬਾਜ਼ਾਰੋਂ ਰਸਦ ਲੈ ਆਏ। ਉਹਨਾਂ ਦੇ ਆਉਂਦਿਆਂ ਨੂੰ ਚੁੱਲ੍ਹੇ ਪੁੱਟ ਕੇ ਤਿਆਰੀਆਂ ਕੀਤੀਆਂ ਗਈਆਂ ਅਤੇ ਲਾਂਗਰੀ ਸੱਜਣ ਲੰਗਰ ਸਜਾਉਣ ਨੂੰ ਤਤਪਰ ਹੋ ਗਏ। ਕੋਈ ਜਲ ਲਿਆਵੇ, ਕੋਈ ਲੱਕੜਾਂ ਢੋਵੇ, ਮਿੰਟਾਂ ਵਿੱਚ ਲੰਗਰ ਸਜਣ ਦੇ ਸਾਮਾਨ ਇਕੱਤਰ ਹੋ ਗਏ। ਇਤਨੇ ਨੂੰ ਹੀ ਇੱਕ ਬਿਰਧ ਸਿੰਘ ਸੱਜਣ, ਗੁਰਮੁਖ ਸਫੈਦ ਅਤੇ ਭਾਰੇ ਦਾੜੇ ਵਾਲਾ, ਜੋ ਰੇਲਵੇ ਡਿਪਾਰਟਮੈਂਟ ਦਾ ਇੱਕ ਠੇਕੇਦਾਰ ਸੀ, ਸਾਨੂੰ ਦੇਖ ਕੇ ਉੱਥੇ ਆਇਆ ਅਤੇ ਗੱਜ ਕੇ ਫਤਿਹ ਆਗ ਜਾਏ ਸਾਨੂੰ ਦੇਖ ਕੇ ਖਿੜ ਗਿਆ ਅਤੇ ਅਤੀ ਉਤਸ਼ਾਹ ਸਹਿਤ ਨਿਮਰੀ ਭੂਤ ਹੋ ਕੇ ਆਖਣ ਲੱਗਾ, ਕੋਈ ਸੇਵਾ ਦਾਸ ਦੇ ਲਾਇਕ। ਅਸੀਂ ਉਸਦਾ ਇਸ ਹਮਦਰਦੀ ਪ੍ਰਥਾਏ ਧੰਨਵਾਦ ਕੀਤਾ, ਪਰੰਤੂ ਉਹ ਮੱਲੋ ਜ਼ੋਰੀ ਕੜਾਹ ਪ੍ਰਸ਼ਾਦ ਸਜਾਉਣ ਲਈ ਰਸਦਾਂ ਅਤੇ ਕੜਾਹੀ ਤਵਾ ਆਦਿ ਬਰਤਨ ਵੀ ਸ਼ਹਿਰੋਂ ਲੈ ਹੀ ਆਏ। ਅਫਸੋਸ ਕਿ ਸਾਨੂੰ ਉਸ ਬਿਰਧ ਬਜ਼ੁਰਗ ਦਾ ਨਾਂ ਭੁੱਲ ਗਿਆ ਅਤੇ ਐਡਰੈਸ ਵੀ ਯਾਦ ਨਹੀਂ, ਰੇਲਵੇ ਸਟੇਸ਼ਨ ਦਾ ਨਾਂ ਵੀ ਭੁੱਲ ਗਿਆ। ਭਾਣੇ ਅੰਦਰ ਜਿੱਥੇ ਇਹ ਆਨੰਦ ਮੇਲਾ ਹੋਣਾ ਸੀ ਹੋਇਆ, ਖੂਬ ਸੰਤੁਸ਼ਟ ਹੋ ਕੇ ਗੱਫੇ ਲੱਗੇ, ਦੇਗਾਂ ਖੂਬ ਖੁੱਲ੍ਹੀਆਂ ਸਜੀਆਂ ਸਨ। ਉਸ ਬਿਰਧ ਸਿੰਘ ਸੱਜਣ ਨੇ ਅਗਲੇਰੇ ਆਉਣ ਵਾਲੇ ਸਟੇਸ਼ਨੀ ਘੁੱਗ ਸ਼ਹਿਰਾਂ ਦੇ ਨਿਵਾਸੀ ਸਿੰਘਾਂ ਪ੍ਰਤੀ ਤਾਰਾਂ ਫੇਰ ਦਿੱਤੀਆਂ। ਜਿਹੜੇ ਸਟੇਸ਼ਨ 'ਤੇ ਸੀ ਜਾਈਏ ਤਿੱਥੇ ਹੀ 2-4-10 ਸਿੰਘ ਸਵਾਗਤ ਨੂੰ ਮੌਜੂਦ ਅਤੇ ਹੋਰ ਮੱਤਾਂ ਦੇ ਦੇਸ਼ ਭਗਤ ਵੀ ਤਕੜੀ ਗਿਣਤੀ ਵਿੱਚ ਸਾਥ ਦੇਣ। 1-2 ਸਿੰਘ ਤਾਂ ਸਾਡੇ ਨਾਲ ਹੀ ਗੱਡੀ ਵਿੱਚ ਚੜ੍ਹ ਜਾਣ ਅਤੇ ਹਰ ਸਟੇਸ਼ਨ ਉੱਤੇ ਸਾਨੂੰ ਦੇਸ਼ ਭਗਤੀ ਦੇ ਸਮੁੰਦਰ ਦੀਆਂ ਲਹਿਰਾਂ ਦਾ ਠਾਠਾ ਮਾਰਦਾ ਨਜ਼ਾਰਾ ਹੀ ਦੱਸੇ। ਖੜਗਪੁਰ ਸਟੇਸ਼ਨ 'ਤੇ ਸੰਗਤਾਂ ਦੇ ਮੇਲੇ ਅਤੇ ਆਨੰਦ ਕੁਲਾਹਾਲ। ਇਤਨੇ ਨੂੰ ਖੜਗਪੁਰ ਸਟੇਸ਼ਨ ਆ ਗਿਆ। ਇੱਥੇ ਆ ਕੇ ਤਾਂ ਅਕਾਲੀ ਸੰਗਤ ਦਾ ਸਮੁੰਦਰ ਹੀ ਸਟੇਸ਼ਨ 'ਤੇ ਆ ਕੇ ਠਾਠਾ ਮਾਰਨ ਲੱਗ ਪਿਆ। ਇਸ ਸ਼ਹਿਰ ਖੜਗਪੁਰ ਵਿਖੇ ਰੇਲਵੇ ਦੀ ਬੜੀ ਭਾਰੀ ਵਰਕਸ਼ਾਪ ਹੈ। 5-6 ਹਜ਼ਾਰ ਕਿਰਤੀ ਸਿੱਖ ਇੱਥੇ ਕੰਮ ਕਰਦੇ ਸਨ। ਸਾਰੇ ਦੇ ਸਾਰੇ ਹੀ ਸਣ ਟੱਬਰੇ ਉਲਟ ਕੇ ਆ ਪਏ। ਸਬੱਬ ਨਾਲ ਉੱਥੇ ਇੱਕ ਤਕੜੀ ਪੋਲੀਟੀਕਲ ਮੀਟਿੰਗ ਵੀ ਹੈ ਸੀ। ਸਿੰਘਾਂ ਮੀਟਿੰਗ ਵਿੱਚ ਸਾਡੇ ਆਉਣ ਦਾ ਜ਼ਿਕਰ ਕਰ ਦਿੱਤਾ। ਫਿਰ ਕੀ ਸੀ, 15-20 ਹਜ਼ਾਰ ਦਾ ਇਕੱਠ ਹਿੰਦੂ ਮੁਸਲਮਾਨ ਸਿੰਘਾਂ ਦਾ ਹੋ ਗਿਆ।
उन्हीं दिनी इतफाक दी बड़ी लहर बहर सी। मीटिंग बर्खास्त करके सारे इकट्ठे होके स्टेशन प्लेटफार्म उत्ते पुज गए। प्लेटफार्म उत्ते तिल सट्टन नू थाऊ ना मिले। सिंह संगतां दे उत्साह उमादा ता अंत ही कोई ना रहा। असी सारे ही गड्डी तो उतर के ठाठा मार रहे संगत सरोवर विच रल के घ्यो खिचड़ी हो गए। मिशनरी इंस्पैक्टर ने मेरे पास आके कहा कि आपने मेरी पैज रखनी है, मैनू कुछ पछाण नहीं कि तुहाडे आदमी केड़े केड़े अते किथे किथे हन। तुहाडे हाथ मेरी पत्त है, मेरा इंतजाम इत्थे कुछ नहीं, चाहे सारे ही गुम हो जाण चाहे भज जाण, रब आसरे डोरी है। दास ने उसनू निश्चा दवाया कि दिल ठिकाने रखो, तुहाडी शराफत नू सब शरीफ होके वरतणगे, रता फिकर ना करो, रब आसरे शाकर हो रहो। एक आन विच ही खड़गपुरी सिंघां ने नाना प्रकारी भोजन बिंजन आन मौजूद किते अते खालसे दियां पंगतां लग गईयां। रज रज भोजन पहुंचे, सिपाहियां अते दोहां देसी ते गोरे इंस्पैक्टरां दे भी फाके कड़ाके टुटे। ज्यों तुर हजारी बागों तुरे सां, किसी सरकारी आदमी नू किसी थाओ कख भी खाण नू नहीं सी मिलिया सी। कोई हलवाई छाबड़ी वाला उन्हां नू फल डबल रोटी चाह दुध देवे ही ना, सरकारी आदमियां दे नेड़े ही ना आवण अते सरकारी आदमी सानू छड़ के सौदा खरीदण जाण भी ना। सब भुखण भाणे ही ढिड विच मुखियां दे ही फिरन, सब दियां आंदरां कुल ही विला पड़न। सानू छड़ के रेलवे रिफ्रैशमेंट रूम विच जा ना सकन क्योंकि ड्यूटी तो वेल नहीं सी। मुल्क विच लहर ते जोश दे कारण छाबड़ी वाले उन्हां नू सौदा ना देण। लंगर वरतदा वेख के गोरा इंस्पैक्टर मेरे पास कालजा थम्मी भज्जिया आया, अपनी अते अपने अमले दी भुख दोखी वाली सब विथ्या सुनाई। ता असी उन्हां दियां पंगतां भी लवा दित्तियां अते गोरे साहिब नूं डबल रोटी फल चाह दवा दित्ती। फिर तां सानू बड़ियां ही असीसां देण। इत्थे कई घंटे गड्डी खड़नी सी सो रज के दर्शन होए। कांग्रसियां दे रेलवे प्लेटफार्म पर भी लैक्चर होने आरंभ होए। बड़े बड़े उग्गे हिंदुस्तानी लीडर लैक्चरार आए हुए सन। सारा स्टेशन हजारां ही लोकां नाल घिरिया होया सी अते विचाले असी इक मिक होए वे सी। साडा रहरास दा समा हो गया। उधर शहर दे उग्गे सरकारी अफसरां नू पते जा होए, उन्हां ने बड़ा खतरा प्रतीत किया। फॉरन स्पैशल इंजन ला के साडी गड्डी तोड़ दित्ती अते गजदियां जकारियां विच तैयारे हो गए। जद सारियां 23 दियां 23 लख फौजां डब्बे विच आण जमा होईयां तां गोरे इंस्पैक्टर साहिब नू मैं बुला के आख्या कि लो अपनी गिनती पूरी कर लवो। ओह तौरे भौरे होया फिरे, ऐसा घबराया कि उस पासों गिनती ही पूरी ना होवे, कदे 22 हो जाण कदे 24 कदे 23 भी। 3-4 वार जद ऐसा होया तां मैनू आखन लगा मैथों तुहाडे खालसे की गिनती ही पूरी नहीं हुंदी। मैं आख्या खालसा गिनती मिनती विच नहीं आउंदा, लै अपने चलान वाली वरंट लिस्ट अते ना बोली जा, असी एक एक करके बाहरों अंदर डब्बे विच हो ही जांदे हां। असी डब्बियों उतर के इस तरह उसका घर पूरा किया तो उस विचारे की जान विच जान आई। गज दे जकारियां विच पियाने होए, गड्डी विच बैठ के रहरास का पाठ होया। फौजां कीर्तन सोहला पढ़ के थाओ थाई आसन जमा बैठिया। रातों रात सारा बंगाल का इलाका लंघ गए अते दिन चढ़ते करते ही वाल्टेयर पहुंच गए। इत्थे मद्रास हाते का इलाका आ गया। मद्रास पुलिस दे चार्ज विच वाल्टेयर स्टेशन उत्ते मद्रास पुलिस साडा चार्ज लैण लई खड़ी सी। इसका हैड अफसर एक अजिहा खुरांट गोरा इंस्पैक्टर सी कि इसने चार्ज लेंदे सार ही अपना खुरांट पुणा खिलारना शुरू कर दिता। वाल्टेयर तो पहला मिशनरी गोरे नाल भी झड़प हो गई सी क्योंकि एक बड़ा माननिक खद्दर पोश कांग्रसी देश भगत फल फलोहार आदिक भेटा लैके संगत वाल नूं वधिया तां इसने उसनूं धक्का मारिया। इसते धक्का मारन की देर ही सी कि असी सारे जने भब के पए तो घाबर गया। पर उसकी किस्मत नू उत्थे अंग्रेजी हिंदू अखबार का एडिटर मिस्टर टी प्रकाशम आके विच पै गया। मसा मसा उसने रफा दफी कराई अते ओहो फल फलोहारनी भेटा करवा दिती, नाले गली बाती उसनू खूब ताड़िया अते शर्मिंदा किया। खास करके जदों मिस्टर प्रकाशम ने उस देश भगत की हैसियत दुनियावी पोजीशन दसी तां सुन के गोरे नूं भी होश आ गए। टट्टी पेशाब संबंधी तकलीफ,
ਹੁਣ ਅਸੀਂ ਇਸ ਖੁਰਾਂਟ ਗੋਰੇ ਦੇ ਵਸ ਪਏ ਤਾਂ ਉਸਨੇ ਟੱਟੀ ਪਿਸ਼ਾਬ ਲਈ ਗੱਡੀ ਤੋਂ ਉਤਰਨ ਦੀ ਸਖ਼ਤ ਮਨਾਹੀ ਕਰ ਦਿੱਤੀ। ਸਾਡੇ ਡੱਬੇ ਨੂੰ ਜਿੰਦਰੇ ਲਗਵਾ ਦਿੱਤੇ, ਫਿਰ ਕਿਸੇ ਸਟੇਸ਼ਨ 'ਤੇ ਨਾ ਖੋਲ੍ਹਣ ਦਿੱਤੇ। ਹਰੇਕ ਸਟੇਸ਼ਨ ਪਰ ਆਪ ਬਾਹਰ ਨਿਕਲ ਕੇ ਖੜ੍ਹਾ ਹੋ ਜਾਵੇ ਪਰ ਸਾਨੂੰ ਨਿਕਲਣ ਨਾ ਦੇਵੇ। ਸਾਥੋਂ ਅਲੱਗ ਇੱਕ ਖਾਨੇ ਵਿੱਚ ਜਾ ਬੈਠਿਆ ਕਰੇ ਜੋ ਸਾਡੇ ਡੱਬੇ ਦੇ ਲਾਗੇ ਹੀ ਸੀ। ਪਾਪੀ ਹਿਰਦੇ ਨੂੰ ਆਪਣਾ ਪਾਪ ਆਪ ਹੀ ਮਾਰ ਦਿੰਦਾ ਹੈ। ਕਈ ਵਾਰ ਸਾਡੇ ਜਬਰ ਜੰਗ ਸਾਥੀਆਂ ਦੀ ਇਹ ਸਲਾਹ ਹੋਈ ਕਿ ਉਸ ਤੋਂ ਚਾਬੀ ਖੋਹ ਲਈਏ, ਪਰ ਉਹ ਵੀ ਮਹਾਂਖੁਰਾਟ ਸੀ, ਸਾਡੇ ਡੱਬੇ ਦੇ ਨੇੜੇ ਹੀ ਨਾ ਆਵੇ, ਖਬਰੇ ਸਾਡੇ ਸਾਥੀਆਂ ਦੀ ਅੱਖ ਪਛਾਣ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤਾਈਂ ਉਸਨੇ ਸਾਨੂੰ ਅਜਿਹੀ ਕੁੜਿੱਕੀ ਵਿੱਚ ਰੱਖਿਆ ਕਿ ਬਹੁਤ ਸਾਰੇ ਸੱਜਣ ਟੱਟੀ ਪਿਸ਼ਾਬ ਕਰਨੋਂ ਖੁਣੋ ਤੰਗ ਆ ਗਏ। ਡਿਸੈਂਟਰੀ ਦੇ ਬਿਮਾਰਾਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੋਇਆ। ਸਾਰਾ ਦਿਨ ਪਿਸ਼ਾਬ ਬੰਦ ਰੱਖਣਾ ਕੋਈ ਥੋੜ੍ਹੀ ਔਖ ਵਾਲੀ ਗੱਲ ਹੈ। ਇਸ ਕਾਰਨ ਅਸੀਂ ਛਕਣਾ ਛਕਾਉਣਾ ਅਤੇ ਜਲ ਪਾਨ ਕਰਨਾ ਵੀ ਛੱਡ ਦਿੱਤਾ, ਨਹੀਂ ਤਾਂ ਬਹੁਤ ਹੀ ਔਖੇ ਹੁੰਦੇ। ਦਿਨ ਛਿਪੇ ਰਹਿਰਾਸ ਦੇ ਪਾਠ ਤੋਂ ਪਿੱਛੋਂ ਚਲੀ ਜਾਂਦੀ ਗੱਡੀ ਵਿੱਚ ਸਾਰੇ ਜਣੇ ਸਲਾਹ ਕਰਨ ਲੱਗੇ ਕਿ ਇਸ ਪਾਮਰ ਨੂੰ ਜ਼ਰੂਰ ਹੱਥ ਦਿਖਾਉਣੇ ਚਾਹੀਦੇ ਹਨ ਤਾਂ ਕਿ ਅੱਗੇ ਵਾਸਤੇ ਸਬਕ ਸਿੱਖ ਜਾਵੇ ਅਤੇ ਅੱਗੇ ਨੂੰ ਨਾ ਵਾਜਬ ਤਕਲੀਫ ਕਿਸੇ ਨੂੰ ਦੇਣ ਸੰਬੰਧੀ ਕੰਨਾਂ ਨੂੰ ਹੱਥ ਲਾ ਲਵੇ। ਦਾਸ ਨੇ ਇੱਕ ਐਸਾ ਨੁਕਤਾ ਸੁਝਾਇਆ ਜੋ ਸਾਰਿਆਂ ਦੇ ਪਸੰਦ ਆ ਗਿਆ। ਉਹ ਇਹ ਸੀ ਕਿ ਹੁਣ ਰਾਤ ਨੂੰ 9 ਵਜੇ ਵੱਖੋ ਵੱਖ ਸਟੇਸ਼ਨਾਂ 'ਤੇ ਸਾਡੇ ਵਿੱਚੋਂ ਵੱਖੋ ਵੱਖ ਜਥਿਆਂ ਨੂੰ ਨਿਯਤ ਕੀਤੀ ਵੰਡ ਅਨੁਸਾਰ ਵੱਖੋ ਵੱਖ ਜੇਲ੍ਹਾਂ ਵਿੱਚ ਲੈ ਜਾਣ ਲਈ ਉਤਾਰਨਗੇ ਤਾਂ ਤੁਸੀਂ ਉੱਤਰ ਨੂੰ ਆਕੀ ਹੋ ਜਾਓ। ਉਹ ਕਿਸ ਤਰ੍ਹਾਂ? ਬਸ ਜਦ ਵੀ ਸਾਡੇ ਵਿੱਚੋਂ ਕਿਸੇ ਨੂੰ ਉਤਾਰਨ ਲਈ ਜਿਸ ਕਿਸੇ ਦਾ ਨਾਂ ਪੁਕਾਰੇ, ਉਹ ਪੁਕਾਰ ਦਾ ਕੋਈ ਉੱਤਰ ਨਾ ਦੇਵੇ। ਸਭ ਮਸਤ ਹੋ ਰਹੋ, ਆਪੇ ਹੀ ਬੋਲ ਬੋਲ ਕੇ ਹੰਭ ਜਾਵੇਗਾ। ਨਾ ਉਹ ਤਾਂ ਸਾਡਾ ਉਹ ਕਿਸੇ ਦਾ ਵੀ ਨਹੀਂ ਜਾਣਦਾ, ਨਾ ਹੀ ਮਦਰਾਸ ਦੇ ਪੁਲਸੀਏ ਹੀ ਜਾਣਦੇ ਹਨ। ਹਜ਼ਾਰੀਬਾਗ ਜੇਲ੍ਹ ਦੇ ਵਾਕਫ ਕੇਵਲ 2 ਹੀ ਸਿਪਾਹੀ ਸਾਡੇ ਨਾਲ ਹਨ, ਉਹ ਨਵੇਂ ਹੀ ਹਨ। ਉਹਨਾਂ ਵਿੱਚੋਂ ਵੀ ਕਿਸੇ ਨੂੰ ਪਤਾ ਨਹੀਂ ਕਿ ਸਾਡੇ ਵਿੱਚੋਂ ਕਿਸੇ ਦਾ ਕੀ ਨਾਂ ਹੈ। ਇਹ ਮੰਤਰ ਸਾਰਿਆਂ ਨੇ ਹੀ ਪੱਕ ਪਕਾ ਲਿਆ ਅਤੇ ਸਾਥ ਹੀ ਜੇਲ੍ਹ ਨੰਬਰੀ ਕੱਪੜੇ ਵੀ ਵਟਾ ਦਿੱਤੇ, ਭਾਵ ਹਰ ਇੱਕ ਕੱਪੜਾ ਅੱਡੋ ਅੱਡ ਨੰਬਰਾਂ ਦਾ ਇੱਕ ਦੂਜੇ ਤੀਜੇ ਚੌਥੇ ਤੋਂ ਵਟਾ ਕੇ ਪਾ ਲਿਆ। ਰਾਜਮੰਦਰੀ ਸਟੇਸ਼ਨ 'ਤੇ ਨਿਰਾਲਾ ਮੋਰਚਾ। ਰਾਤ ਦੇ 9 ਵਜੇ ਦੇ ਕਰੀਬ ਰਾਜਮੰਦਰੀ ਸਟੇਸ਼ਨ ਆ ਗਿਆ। ਅਸੀਂ 5 ਸਿੰਘਾਂ ਨੇ ਉੱਥੇ ਉਤਰਨਾ ਸੀ। ਗੱਡੀ ਖੜ੍ਹਦੀ ਸਾਰ ਹੀ ਰਾਜਮੰਦਰੀ ਪੁਲਿਸ ਇੰਸਪੈਕਟਰ ਗੋਰਾ ਅਤੇ ਜੇਲ੍ਹ ਅਫਸਰ ਸਾਡੇ ਡੱਬੇ ਪਾਸ ਪਹੁੰਚ ਗਏ। ਇੱਧਰੋਂ ਸਾਡੇ ਇੰਚਾਰਜ ਇੰਸਪੈਕਟਰ ਸਾਹਿਬ ਵੀ ਉਹਨਾਂ ਨੂੰ ਜਾ ਮਿਲੇ। ਆਪਸ ਵਿੱਚ ਹੀ ਕਾਗਜ਼ ਪੱਤਰ ਵੇਖ ਚਾਕ ਕੇ ਇੱਕ ਗੋਰਾ ਅਫਸਰ ਵਾਰੋ ਵਾਰੀ ਸਾਡੇ 5 ਸਿੰਘਾਂ ਦੇ ਨਾਂ ਪੁਕਾਰਨ ਲੱਗਾ ਅਤੇ ਹੁਕਮ ਦਿੱਤਾ ਕਿ ਜਿਸ ਦਾ ਨਾਂ ਪੁਕਾਰਿਆ ਜਾਂਦਾ ਹੈ ਉਹ ਗੱਡੀ ਤੋਂ ਬਾਹਰ ਆ ਜਾਵੇ। ਪਰ ਆਵੇ ਕੌਣ? ਸਾਡੇ ਵਿੱਚੋਂ ਤਾਂ ਕੋਈ ਕੁਸਕੇ ਹੀ ਨਾ, ਪਏ ਬਾਹਰ ਇਸ ਤਰ੍ਹਾਂ ਖੜ੍ਹੇ ਪੁਕਾਰਨ। ਰੰਦਰ ਸਿੰਘ ਚੁੱਪ, ਕਰਟਰ ਸਿੰਘ ਚੁੱਪ, ਗੈਂਡਾ ਸਿੰਘ ਚੁੱਪ, ਹਰਨਾਮ ਸਿੰਘ ਚੁੱਪ, ਅਜਨ ਸਿੰਘ ਚੁੱਪ, ਚੁੱਪ ਹੀ ਚੁੱਪ। ਬਸ ਇਉਂ ਪ੍ਰਤੀਤ ਹੋਵੇ ਕਿ ਸਾਡੇ ਡੱਬੇ ਵਿੱਚ ਬੁੱਤ ਹੀ ਬੁੱਤ ਧਰੇ ਹੋਏ ਸਨ। ਜਦ ਸਾਡਾ ਖੁਰਾਂਟ ਇੰਸਪੈਕਟਰ ਗੋਰਾ ਉੱਚੀ ਉੱਚੀ ਤਲਵਜ਼ ਕਈ ਤਰੀਕਿਆਂ ਨਾਲ ਬਣਾ ਬਣਾ ਕੇ ਬੋਲ ਬੋਲ ਥੱਕ ਗਿਆ ਅਤੇ ਸਾਡੇ ਵੱਲੋਂ ਚੁੱਪ ਤੋਂ ਬਿਨਾਂ ਕੋਈ ਉੱਤਰ ਨਾ ਮਿਲਿਆ ਤਾਂ ਰਾਜਮੰਦਰੀ ਪੁਲਿਸ ਦਾ ਗੋਰਾ ਇੰਸਪੈਕਟਰ, ਜੋ ਪਹਿਲੇ ਨਾਲੋਂ ਕੁਛ ਚੰਗੀ ਹਿੰਦੁਸਤਾਨੀ ਬੋਲ ਸਕਦਾ ਸੀ, ਵਧਿਆ ਅਤੇ ਸਾਡੀ ਲਿਸਟ ਹੱਥ ਵਿੱਚ ਲੈ ਕੇ ਆਪਣੇ ਜਾਣੇ ਠੀਕ ਠੀਕ ਨਾਮ ਪੁਕਾਰਨ ਲੱਗਾ। ਉਸ ਤੋਂ ਵੀ ਸ਼ੁੱਧ ਨਾਮ ਨਾ ਪੁਕਾਰੇ ਜਾਣ, ਗੱਲ ਕੀ ਤਲਫਜ਼ ਹੀ ਠੀਕ ਨਾ ਉਚਾਰ ਸਕੇ, ਜੈਸਾ ਕਿ ਰਣਧੀਰ ਸਿੰਘ ਨੂੰ ਕਦੇ ਰੰਡਰ ਸਿੰਘ, ਕਦੇ ਰਣਧੀਰ ਸਿੰਘ ਬੋਲੇ, ਕਰਤਾਰ ਸਿੰਘ ਨੂੰ ਕਦੇ ਕਰਤਾਰ ਸਿੰਘ, ਕਦੇ ਕਾਟਰ ਸਿੰਘ ਬੋਲੇ। ਇਸੇ ਪ੍ਰਕਾਰ ਵਿਚਾਰਾ ਮੂੰਹ ਪਾੜ ਪਾੜ ਥੱਕ ਰਿਹਾ। ਅਸੀਂ ਗੱਡੀਓ ਹੇਠਾਂ ਤਾਂ ਕੀ ਉਤਰਨਾ ਸੀ, ਸਾਡੇ ਵਿੱਚੋਂ ਕੋਈ ਆਵਾਜ਼ ਹੀ ਨਾ ਦੇਵੇ। ਸਾਰੇ ਗੋਰੇ ਅਫਸਰ ਦੋਹਾਂ ਜੇਲ੍ਹ ਸਿਪਾਹੀਆਂ ਦੇ ਉਦਾਲੇ ਹੋਏ ਕਿ ਹੁਣ ਤੁਸੀਂ ਇਹਨਾਂ ਦੇ ਨਾਮ ਦੱਸੋ ਅਤੇ ਰਾਜਮੰਦਰੀ ਜੇਲ੍ਹ ਵਿੱਚ ਜਾਣ ਵਾਲੇ 5 ਸਿੱਖਾਂ ਨੂੰ ਛਾਂਟ ਕੇ ਡੱਬੇ ਵਿੱਚੋਂ ਕੱਢੋ ਜਾਂ ਸਾਨੂੰ ਹੱਥ ਹੀ ਲਾ ਲਾ ਕੇ ਦੱਸੋ। ਉਹ ਆਪ ਹੀ ਕੰਨਾਂ ਨੂੰ ਹੱਥ ਲਾਉਣ ਲੱਗੇ ਕਿ ਅਸੀਂ ਇਹਨਾਂ ਦੇ ਨਾਮ ਨਹੀਂ ਜਾਣਦੇ, ਪਰ ਦਾਸ ਨੂੰ ਫੜ ਕੇ ਕਹਿਣ ਲੱਗੇ ਕਿ ਅਸੀਂ ਇਸ ਨੂੰ ਜਾਣਦੇ ਹਾਂ, ਇਸ ਨੂੰ ਸਾਧੂ ਜੀ। ਸਾਧੂ ਜੀ ਕਰਕੇ ਜੇਲ੍ਹ ਵਿੱਚ ਸਾਰੇ ਅਫਸਰ ਅਤੇ ਸਿਪਾਹੀ ਲੋਕ ਬੁਲਾਇਆ ਕਰਦੇ ਸੀ, ਹੋਰ ਅਸੀਂ ਨਾਮ ਇਸ ਦਾ ਵੀ ਨਹੀਂ ਜਾਣਦੇ। ਦੋਹਾਂ ਜੇਲ੍ਹ ਸਿਪਾਹੀਆਂ ਦੇ ਉੱਤਰ ਸੁਣ ਕੇ ਸਭ ਅਫਸਰਾਂ ਦੇ ਛੱਕੇ ਛੁੱਟ ਗਏ ਅਤੇ ਬੜੇ ਹੀ ਨਿਰਾਸ ਨਿੰਮੋ ਝਾਣੇ ਹੋ ਕੇ ਸਾਡੇ ਅੱਗੇ ਮਿੰਨਤਾਂ ਕਰਨ ਲੱਗੇ ਕਿ ਕਿਰਪਾ ਕਰਕੇ ਆਪੋ ਹੀ 5 ਜਣੇ ਹੇਠਾਂ ਉਤਰਾਓ। ਪਲੇਟਫਾਰਮ ਉੱਤੇ ਤਕੜਾ ਇਕੱਠ ਹੋ ਗਿਆ। ਤਮਾਸ਼ਬੀਨ ਲੋਕਾਂ ਨੇ ਸਾਡੇ ਡੱਬੇ ਦੇ ਸਾਹਮਣੇ ਅਫਸਰਾਂ ਨੂੰ ਘੇਰਾ ਪਾ ਲਿਆ।
ਜਿਨ੍ਹਾਂ ਵਿੱਚ ਰਾਜਮੰਦਰੀ ਦੇ ਕਾਂਗਰਸੀ ਲੀਡਰ ਵੀ ਸ਼ਾਮਲ ਸਨ ਜੋ ਕਿ ਸਾਨੂੰ ਹੀ ਉਤਰਦਿਆਂ ਨੂੰ ਵੇਖਣ ਆਏ ਸੀ। ਜਦੋਂ ਪੂਰਾ ਇਕੱਠ ਹੋ ਗਿਆ ਤਾਂ ਡੱਬੇ ਦੇ ਅੰਦਰੋਂ ਬਾਰੀ ਵਿੱਚ ਹੀ ਪਲੇਟਫਾਰਮ 'ਤੇ ਖੜ੍ਹੇ ਸਾਰੇ ਸਰੋਤਿਆਂ ਨੂੰ ਸਨਮੁੱਖ ਹੋ ਕੇ ਵੀਰ ਕਰਤਾਰ ਸਿੰਘ ਨੇ ਅੰਗਰੇਜ਼ੀ ਵਿੱਚ ਰਸਤੇ ਦੇ ਸਾਰੇ ਅਤਿਆਚਾਰ ਅਤੇ ਬਦਸਲੂਕੀਆਂ ਜੋ ਜੋ ਉਸ ਖੁਰਾਨ ਸਾਹਿਬ ਨੇ ਕੀਤੀਆਂ ਸਨ ਸਭ ਡੱਕੋ ਡੱਕਾ ਉਘੇੜੀਆਂ ਅਤੇ ਸਾਡੀ ਚੁੱਪ ਦਾ ਕਾਰਨ ਸਾਰਿਆਂ ਨੂੰ ਸਮਝਾਇਆ ਗਿਆ। ਇੰਸਪੈਕਟਰ ਨੂੰ ਚਾਰ ਚੁਫੇਰਿਓਂ ਫਿਟਕਾਰਾਂ ਅਤੇ ਸ਼ੇਮ ਸ਼ੇਮ ਦੀ ਵਿਛਾੜ ਪੈਣ ਲੱਗੀ ਅਤੇ ਗੋਰੇ ਦੀ ਰੰਗਤ ਸ਼ਰਮ ਦੇ ਮਾਰੇ ਪੀਲੀ ਭੂਖ ਹੋ ਗਈ। ਰਾਜਮੰਦਰੀ ਤੋਂ ਆਏ ਜ਼ਿੰਮੇਵਾਰ ਅਫਸਰਾਂ ਨੇ ਆਪਣੀ ਜ਼ਿੰਮੇਵਾਰੀ ਉੱਤੇ ਫੌਰਨ ਡੱਬੇ ਦੇ ਤਾਲੇ ਖੁਲ੍ਹਾ ਕੇ ਸਾਨੂੰ ਟੱਟੀ ਪਿਸ਼ਾਬ ਦੀ ਖੁੱਲ੍ਹ ਦਿੱਤੀ। ਸਭ ਨੇ ਯਥਾਸ਼ਕਤ ਹਾਜਤ ਰਫਾਈ ਕੀਤੀ। ਕਈਆਂ ਨੂੰ ਤਾਂ ਕਬਜ਼ੀਆਂ ਹੀ ਹੋ ਗਈਆਂ, ਕਈਆਂ ਨੂੰ ਸਿਰ ਦਰਦੀਆਂ ਦੀ ਸ਼ਿਕਾਇਤ ਹੋ ਗਈ। ਅਸੀਂ ਮਿੰਟਾਂ ਵਿੱਚ ਹੀ ਫਾਰਗ ਹੋ ਕੇ ਸਾਰੇ ਦੇ ਸਾਰੇ ਫਿਰ ਡੱਬੇ ਵਿੱਚ ਹੀ ਆ ਵੜੇ। ਉਹ ਪੰਜਾਂ ਨੂੰ ਨਿਰਾਲੇ ਕਰਨ ਲਈ ਲੇਲੜੀਆਂ ਕੱਢਣ, ਅਸੀਂ ਕਿਸੇ ਦੀ ਸੁਣੀਏ ਹੀ ਨਾ। ਰਾਜਮੰਦਰੀ ਜੇਲ੍ਹ ਕਰਮਚਾਰੀਆਂ ਜੋ ਉੱਥੇ ਆਏ ਹੋਏ ਸਨ ਉਹ ਵੀ ਅਤੇ ਹੋਰ ਜ਼ਿੰਮੇਵਾਰ ਸਰਕਾਰੀ ਅਫਸਰ ਸਾਨੂੰ ਬਥੇਰਾ ਯਕੀਨ ਦਿਵਾਉਣ ਕਿ ਹੁਣ ਤੁਹਾਡੇ ਨਾਲ ਬਦਸਲੂਕੀ ਨਹੀਂ ਹੋਵੇਗੀ, ਪਰ ਅਸੀਂ ਉਹਨਾਂ ਨੂੰ ਇਹੋ ਆਖੀਏ ਕਿ ਅਬ ਤੁਮਰੀ ਪ੍ਰਤੀਤ ਨਾ ਹੋਈ। ਉਹ ਸਾਰੇ ਜਣੇ ਉਸ ਇੰਸਪੈਕਟਰ ਨੂੰ ਲਾਂਤਾ ਪਾਉਣ, ਉਹ ਵੀ ਹੁਣ ਹੀਣਾ ਝੀਣਾ ਹੋ ਕੇ ਮਿੰਤਾ ਤਰਲੇ ਲਵੇ ਅਤੇ ਵਾਸਤੇ ਕੱਢੇ ਕਿ ਰੱਬ ਦੇ ਵਾਸਤੇ ਹੁਣ ਤੁਸੀਂ ਉਤਰ ਪਵੋ। ਅਸੀਂ ਆਖਿਆ ਹੁਣ ਆਪਣਾ ਆਰਡਰ ਪੂਰਾ ਹੀ ਰੱਖੋ। ਦਿਨ ਦਿਹਾੜੇ ਤਾਂ ਸਾਨੂੰ ਗੱਡੀਓਂ ਹੇਠਾਂ ਪੈਰ ਨਹੀਂ ਪਾਉਣ ਦਿੱਤਾ, ਹੁਣ ਤਾਂ ਰਾਤ ਪਈ ਹੋਈ ਹੈ, ਕਿਉਂ ਆਪਣਾ ਆਰਡਰ ਆਪ ਹੀ ਤੋੜਦੇ ਹੋ? ਆਪਣੇ ਆਰਡਰ ਦੀ ਪੂਛ ਘੁੱਟ ਕੇ ਫੜੀ ਰੱਖੋ। ਅਸੀਂ ਤੁਹਾਡੇ ਆਰਡਰ ਉੱਤੇ ਪੱਕੇ ਹੀ ਰਹਿਣਾ ਹੈ ਅਤੇ ਇਸ ਆਰਡਰ ਦੇ ਮਜ਼ੇ ਤੁਹਾਨੂੰ ਚਖਾਉਣੇ ਹਨ। ਸਾਨੂੰ ਇਸ ਬਿੱਧ ਲੋਹੇ ਦੀ ਲੱਠ ਹੋਏ ਵੇਖ ਕੇ ਸਭ ਨਿਰਾਸ਼ ਹੋ ਗਏ ਕਿ ਹੁਣ ਇਹ ਨਹੀਂ ਉਤਰਨਗੇ। ਗੱਡੀ ਇਸ ਸਟੇਸ਼ਨ ਉੱਤੇ ਖੜੀ ਨੂੰ ਵੀ ਪੌਣਾ ਘੰਟਾ ਹੋ ਚੁੱਕਿਆ ਸੀ, ਹਾਲਾਂਕਿ ਉੱਥੇ 10-15 ਮਿੰਟ ਹੀ ਠਹਿਰਨੀ ਸੀ। ਹਾਰ ਹੰਬ ਕੇ ਮਜਬੂਰਨ ਗੱਡੀ ਤੋਰਨੀ ਹੀ ਪਈ ਅਤੇ ਖਾਲਸਾ ਜੈਕਾਰੇ ਗਜਾਉਂਦਾ ਅਤੇ ਭੂਤਨੀ 'ਤੇ ਖੜਾ ਚੜਾ ਭੂਤਨੀ ਸਵਾਰ ਹੀ ਰਿਹਾ, ਕੋਈ ਵੀ ਨਾ ਉਤਰਿਆ। 23 ਦੀਆਂ 23 ਲੱਖ ਫੌਜਾਂ ਗੱਜਦੀਆਂ ਵੱਜਦੀਆਂ ਧੁਰ ਮਦਰਾਸ ਜਾ ਉਤਰੀਆਂ। ਸਾਰੇ ਤਾਰਾਂ ਫਿਰ ਗਈਆਂ ਕਿ ਪੰਜਾਬੀ ਸਿੱਖ ਇਸ ਬਿੱਧ ਆਕੀ ਹੋ ਗਏ। ਉੱਧਰ ਆਂਧਰਾ ਪ੍ਰਾਂਤ ਦੇ ਦੇਸ਼ ਭਗਤਾਂ ਨੇ ਵੀ ਸਾਰੇ ਖਬਰਾਂ ਧੁਮਾ ਦਿੱਤੀਆਂ ਕਿ ਭੈੜੇ ਸਲੂਕ ਅਤੇ ਜਬਰ ਜ਼ੋਰਾਂ ਦੇ ਕਾਰਨ 1914 ਤੋਂ 1915 ਵਾਲੇ ਸਿੱਖ ਪੋਲੀਟੀਕਲ ਕੈਦੀਆਂ ਨੇ ਨਿਰਾਲੀ ਨਾਨਕੋ ਓਪਰੇਸ਼ਨ ਨਾ ਮਿਲਵਰਤਨ ਸੱਤਿਆਗ੍ਰਹਿ ਕਰ ਦਿਖਾਈ ਅਤੇ ਜਰਵਾਣਿਆਂ ਨੂੰ ਸਬਕ ਸਿੱਖਣੀ ਸਜ਼ਾ ਦਿੱਤੀ। ਮਦਰਾਸ ਸਟੇਸ਼ਨ ਅਤੇ ਜੇਲ੍ਹ। ਮਦਰਾਸ ਸਟੇਸ਼ਨ ਉੱਤੇ ਵੀ ਅਸੀਂ ਆਪੋ ਨਾ ਉਤਰਦੇ, ਪਰ ਉੱਥੇ ਜਾ ਕੇ ਉਹਨਾਂ ਸਾਡਾ ਡੱਬਾ ਹੀ ਟ੍ਰੇਨ ਨਾਲੋਂ ਕੱਟ ਦਿੱਤਾ ਅਤੇ ਬਾਹਰ ਪਲੇਟਫਾਰਮ ਉੱਤੇ ਦਰੀਆਂ ਇਉਂ ਵਿਛ ਗਈਆਂ ਜਿਵੇਂ ਕਿਸੇ ਜਨੇਤ ਦੀ ਆਗਤ ਭਾਗਤ ਕਰਨੀ ਹੁੰਦੀ ਹੈ। ਮਦਰਾਸ ਦੇ ਜੇਲ੍ਹ ਕਰਮਚਾਰੀ ਸਿਆਣਿਆਂ ਨੇ ਇਹ ਪ੍ਰਬੰਧ ਕੀਤਾ ਸੀ। ਅਸੀਂ ਦਰੀਆਂ ਉੱਤੇ ਸੱਜ ਗਏ, ਪਈਆਂ ਖਾਤਰਾਂ ਹੋਣ ਲੱਗੀਆਂ, ਪਰ ਸਭ ਸਰਕਾਰੀ ਕਰਮਚਾਰੀ ਹੀ ਦੱਸਣ, ਕਿਉਂਕਿ ਦੇਵਨੇਤ ਐਸੀ ਹੋਈ ਕਿ ਉਸ ਸਮੇਂ ਮਦਰਾਸ ਸਟੇਸ਼ਨ ਉੱਤੇ ਕੋਈ ਵੀ ਦੇਸ਼ ਭਗਤ ਨਾ ਦੱਸੇ, ਖੱਦਰ ਪੋਸ਼ੀ ਦਾ ਕਿਤੇ ਨਾਮ ਨਿਸ਼ਾਨ ਵੀ ਨਾ ਦੱਸੇ। ਸਭ ਥਾਈਂ ਵਿਦੇਸ਼ੀ ਸਾੜੀਆਂ ਵਾਲੇ ਇੱਧਰ ਉੱਧਰ ਮੂੰਹ ਚੁੱਕੀ ਫਿਰਨ, ਹਾਲਾਂਕਿ ਪਿਛਲੇ ਸਭ ਸਟੇਸ਼ਨਾਂ ਉੱਤੇ ਖੱਦਰ ਪੋਸ਼ ਭਗਤਾਂ ਦੀ ਇਤਨੀ ਭਰਮਾਰ ਰਹਿੰਦੀ ਸੀ ਕਿ ਸਾਡੀ ਗੱਡੀ ਉੱਤੇ ਤਮਾਸ਼ਬੀਨਾਂ ਦੀ ਘਟਾ ਛਾ ਜਾਂਦੀ ਸੀ। ਖਾਸ ਸ਼ਹਿਰ ਮਦਰਾਸ ਦਾ ਇਹ ਹਾਲ ਦੱਸੇ ਕਿ ਮਾਨੋ ਉੱਥੇ ਦੇਸ਼ ਭਗਤੀ ਦਾ ਮੁਸ਼ਕ ਵੀ ਨਹੀਂ। ਸਾਨੂੰ ਜਿਸ ਪ੍ਰਕਾਰ ਪਲੋਸ ਪਲਾਸ ਕੇ ਅਤੇ ਮਿੰਨਤ ਸਮਾਜਿਤ ਕਰਕੇ ਸੈਂਟਰਲ ਜੇਲ੍ਹ ਮਦਰਾਸ ਵਿੱਚ ਲੈ ਗਏ, ਸੋ ਬੜੀ ਵਿਸਥਾਰਕ ਕਥਾ ਹੈ ਜਿਸ ਦੇ ਦੱਸਣ ਤੋਂ ਪੁਸਤਕ ਦਾ ਆਕਾਰ ਵਧਣ ਦਾ ਡਰ ਹੈ। ਜੇਲ੍ਹ ਵਿੱਚ ਲੈ ਜਾ ਕੇ ਸਾਨੂੰ ਇੱਕ ਖੁੱਲ੍ਹੇ ਦਲਾਨ ਵਿੱਚ ਉਤਾਰ ਦਿੱਤਾ, ਬੜੀਆਂ ਖਾਤਰਾਂ ਅਤੇ ਨਿਉਣੀਆਂ ਛਿਉਣੀਆਂ ਕਰਨ ਲੱਗੇ। ਅਸੀਂ ਸਵੇਰ ਤੋਂ ਲੈ ਕੇ ਤੀਜੇ ਪਹਿਰ ਤੱਕ ਉੱਥੇ ਹੀ ਬਰਾਜੇ। ਉੱਥੋਂ ਦਾ ਜੇਲਰ ਜੋ ਕਿ ਗੋਰਾ ਹੀ ਸੀ, ਬੜੀ ਹੀ ਖੁਸ਼ ਖੁਲਕੀ ਅਤੇ ਸ਼ਰਾਫਤ ਨਾਲ ਪੇਸ਼ ਆਇਆ। ਉਸਨੇ ਸਾਨੂੰ ਦੱਸਿਆ ਕਿ ਜਿਸ ਇੰਸਪੈਕਟਰ ਨੇ ਤੁਹਾਨੂੰ ਨਜਾਇਜ਼ ਤਕਲੀਫ ਦਿੱਤੀ ਹੈ ਉਸਦੀ ਕਰਨੀ ਦਾ ਫਲ ਅੱਜ ਹੀ ਮਿਲ ਗਿਆ ਹੈ। ਉਸ ਨੂੰ ਇੱਕਦਮ ਉਤਾਰੂ ਡੀਗ੍ਰੇਡ ਕੀਤਾ ਗਿਆ ਹੈ ਅਤੇ ਰਾਜ ਮੰਤਰੀ ਤੋਂ ਇੱਥੇ ਤੱਕ ਸਾਰਿਆਂ ਦੇ ਲਿਆਉਣ ਦਾ ਅਤੇ ਮੁੜ ਉੱਥੇ ਲੈ ਜਾਣ ਦਾ ਸਮੇਤ ਗਾਰਦ ਦੇ ਖਰਚ ਵੀ ਉਸ ਜੁੰਮੇ ਮੜਿਆ ਗਿਆ ਹੈ। ਹੁਣ ਉਸਨੂੰ ਖਾਸੀ ਸਜ਼ਾ ਮਿਲ ਚੁੱਕੀ ਹੈ। ਮੇਰੀ ਹਾਲਤ ਅਤੇ ਮੇਰੇ ਸਿਰ ਪੈਣ ਵਾਲੀਆਂ ਮੁਸੀਬਤਾਂ ਨੂੰ ਮੁੱਖ ਰੱਖ ਕੇ ਮਿਹਰਬਾਨੀ ਕਰਕੇ ਆਪੇ ਹੀ ਆਪੋ ਆਪਣੇ ਜਥਿਆਂ ਦੇ ਨਾਂ ਦੱਸ ਦੇਵੋ ਤਾਂ ਕਿ ਤੁਹਾਨੂੰ ਥਾਂ ਥਾਈਂ ਅਮਨ ਨਾਲ ਪਹੁੰਚਾਇਆ ਜਾਵੇ। ਸਾਡੀ ਦਲੀਲ ਸੀ ਕਿ ਹਜ਼ਾਰੀਬਾਗ ਜੇਲ੍ਹ ਦੇ ਜੇਲਰ ਮੀਕ ਸਾਹਿਬ ਨੂੰ ਵੀ ਕੁਛ ਸੇਕ ਲੱਗੇ ਜਿਸ ਨੇ ਇਹ ਕੋਝਾ ਇੰਤਜ਼ਾਮ ਕਰਕੇ ਇਤਨੀ ਤਕਲੀਫ਼ ਸਾਨੂੰ ਦਿੱਤੀ।
ਭਾਵ ਪਿਸ਼ਾਬ ਟੱਟੀ ਬਿਹੋਣ ਡੱਬਾ ਸਾਡੇ ਲਈ ਲਾ ਕੇ ਇਹ ਤਕਲੀਫ ਦਿੱਤੀ ਪਰ ਮਦਰਾਸ ਜੇਲ੍ਹ ਦੇ ਗੋਰੇ ਅਫਸਰਾਂ ਨੇ ਸਾਡੇ ਨਾਲ ਸ਼ਰਾਫਤ ਭਰੇ ਸਲੂਕ ਦਾ ਵਰਤਾਓ ਕਰਕੇ ਸਾਨੂੰ ਠੰਡੇ ਕਰ ਲਿਆ। ਬੜੀ ਹੀ ਠੰਡੀ ਪਾਲਸੀ ਵਰਤੀ। ਸਾਡੀ ਖੁਸ਼ਨੁਦੀ ਲੈਣ ਖਾਤਰ ਸਾਡੇ ਕਾਲੇ ਪਾਣੀਓਂ ਵਾਪਸ ਆਏ ਚਿਰੀ ਵਿਛੁੰਨੇ ਭਰਾਵਾਂ ਨਾਲ ਸਾਡਾ ਖੁੱਲ੍ਹਮ ਖੁੱਲ੍ਹਾ ਮੇਲ ਕਰਾ ਦਿੱਤਾ। ਅਸੀਂ ਖੂਬ ਪਰਸਪਰ ਬਰਸਾਂ ਬੱਧੀ ਵਿਛੋੜਿਆਂ ਪਿੱਛੋਂ ਗਲ ਮਿਲ ਕੇ ਬੁਖਾਰ ਕੱਢੇ ਅਤੇ ਖੂਬ ਗਹਿਰੇ ਗੱਫਿਆਂ ਵਾਲੀਆਂ ਦੇਗਾਂ ਸਜੀਆਂ। ਪ੍ਰੇਮ ਛਾਂਦਿਆਂ ਦੀ ਲਹਿਰ ਬਹਿਰ ਸਵਾ ਪਹਿਰ ਹੁੰਦੀ ਰਹੀ। ਭਾਣੇ ਅੰਦਰ ਕਰਤਾਰ ਨੇ ਇਹ ਮੇਲੇ ਕਰਾਉਣੇ ਸਨ। ਭਾਣੇ ਅੰਦਰ ਹੀ ਸੱਤਿਆਗ੍ਰਹਿ ਸੁੱਜੀ ਜਿਸ ਦੇ ਤੁਫੈਲ ਮਦਰਾਸ ਆ ਕੇ ਉਤਾਰੇ ਹੋਏ ਅਤੇ ਭਾਣੇ ਅੰਦਰ ਹੀ ਰਾਜਕੁਮਾਰੀ ਦੇ ਕੁਰਬੋ ਜੁਆਰ ਵੇਖਣ ਵਾਲਾ ਸੁਪਨ ਦ੍ਰਿਸ਼ਟਾਂਤ ਪੂਰਾ ਹੋਣਾ ਸੀ ਜੋ ਵੀਰ ਕਰਤਾਰ ਸਿੰਘ ਜੀ ਨੇ ਯਾਦ ਕਰਾਇਆ ਕਿ ਹਜ਼ਾਰੀ ਬਾਗ 1920 ਤੋਂ ਪਹਿਲਾਂ ਭਾਈ ਅਤਰ ਸਿੰਘ ਜੀ ਜੋ ਸੰਜੋਗੀ ਸਾਥੀੜੀਏ ਨੇ ਜਦੋਂ ਪੁੱਛਿਆ ਕਿ ਭਾਈ ਸਾਹਿਬ ਜੀ ਝੱਬਦੇ ਹੀ ਬੰਦ ਖਲਾਸੀਆਂ ਦੇ ਦ੍ਰਿਸ਼ਟਾਂਤ ਦੱਸਦੇ ਹਨ ਤਿਸ ਪਰ ਅਸਾਂ ਆਖਿਆ ਕਿ ਵੀਰ ਜੀ ਤੂੰ ਸਾਡੇ ਦ੍ਰਿਸ਼ਟਾਂਤ ਵੀ ਸਹੀ ਹਨ ਤੁਸੀਂ ਜ਼ਰੂਰ ਰਿਹਾਅ ਹੋ ਜਾਣਾ ਹੈ ਪਰ ਅਸੀਂ ਤਾਂ ਅਜੇ ਰਾਜਕੁਮਾਰੀ ਦੇ ਪਾਸੇ ਦੀ ਸੈਰ ਕਰਨੀ ਹੈ ਸਾਨੂੰ ਤਾਂ ਇਉਂ ਹੀ ਦ੍ਰਿਸ਼ਟਾਂਤ ਦਿਖਾਈ ਦੇ ਰਹੇ ਹਨ ਸੋ ਵੀਰ ਅਤਰ ਸਿੰਘ ਤਾਂ 1920 ਦੀ ਖੁੱਲ੍ਹੀ ਛੋਟ ਵਿੱਚ ਹੀ ਛੁੱਟ ਗਏ ਅਤੇ ਸਾਡਾ ਰਾਜਕੁਮਾਰੀ ਦੇ ਪਾਸੇ ਵਾਲਾ ਦ੍ਰਿਸ਼ਟਾਂਤ ਹੁਣ ਸੁੱਤੇ ਸਿੱਧ ਹੀ ਆਪਣੀ ਪੂਰਤੀ ਉੱਪਰ ਆ ਗਿਆ। ਸੱਚਮੁੱਚ ਦਾਸ ਨੂੰ ਯਾਦ ਵੀ ਨਹੀਂ ਸੀ ਵੀਰ ਅਤਰ ਸਿੰਘ ਜੀ ਨਾਲ ਹੋਏ ਦ੍ਰਿਸ਼ਟਾਂਤ ਸੰਬੰਧੀ ਬਚਨ ਬਿਲਾਸ ਸਭ ਵਿਸਰ ਗਏ ਸਨ ਜੋ ਹੁਣ ਸ਼੍ਰੀ ਭਾਈ ਕਰਤਾਰ ਸਿੰਘ ਸਾਹਿਬ ਸਹਿਤ ਗੋਸ਼ਟ ਕਰਦਿਆਂ ਯਾਦ ਆਏ। ਸੋ ਉਕਤ ਰਾਜ ਮੰਦਰੀ ਉੱਤਰ ਨੂੰ ਆਕੀ ਹੋਣ ਦਾ ਸੱਤਿਆਗ੍ਰਹਿ ਮਤਾਂਤ ਭਾਣੇ ਅੰਦਰ ਸੁੱਤੇ ਸਫ਼ਰ ਹੀ ਸੀ। ਮਿਣਿਆ ਮਿੱਥਿਆ ਹੋਇਆ ਨਹੀਂ ਸੀ ਸੋ ਇਹ ਸਭ ਕੁਝ ਭਾਣੇ ਅੰਦਰ ਹੀ ਹੋਣਾ ਸੀ ਨਾ ਹੀ ਸਾਡੇ ਅੰਦਰ ਕਿਸੇ ਤੋਂ ਬਦਲਾ ਲੈਣ ਦੀ ਸਪਿਰਿਟ ਵਾਲੀ ਅੰਧ ਨਿਯਤੀ ਗੰਢ ਹੀ ਸੀ। ਅਸੀਂ ਤਾਂ ਕੇਵਲ ਭੂਸਰੇ ਹੋਏ ਪਾਮਰਾਂ ਨੂੰ ਸੋਧਾ ਚਾੜਨਾ ਸਬਕ ਦੇ ਕੇ ਸਮੁੱਤੇ ਲਾਉਣਾ ਹੀ ਲੋੜਦੇ ਸੀ। ਸਿਪਾਹੀਆਂ ਦੀਆਂ ਬੰਦੂਕਾਂ ਕਾਬੂ ਕਰਨੀਆਂ ਤੇ ਵਾਪਸ ਦੇਣੀਆਂ। ਬਦਲਾ ਲੈਣਾ ਹੁੰਦਾ ਤਾਂ ਅਸੀਂ ਰਾਹ ਵਿੱਚ ਹੀ ਬਥੇਰੇ ਪਿੱਸੂ ਪਾ ਦਿੰਦੇ ਕਿਉਂਕਿ ਜਦੋਂ ਗੱਡੀ ਵਿੱਚ ਆਉਂਦਿਆਂ ਰਾਤ ਨੂੰ ਸਾਰੇ ਸਿਪਾਹੀ ਸਰਜੰਟ ਆਦਿਕ ਸੁਸਰੀ ਵਾਂਗੂ ਸੌ ਗਏ ਸਨ ਅਤੇ ਸ਼੍ਰੀ ਮਾਨ ਜੀ ਦੇ ਖਾਲਸਾਈ ਖਿਤਾਬ ਵਾਲੇ ਸ਼੍ਰੀ ਭਾਈ ਗੁੱਜਰ ਸਿੰਘ ਨਿਹੰਗ ਗੰਡਾ ਸਿੰਘ ਆਦਿਕ ਵੀਰਾਂ ਨੇ ਉਹਨਾਂ ਪਾਸੋਂ ਸਾਰੀਆਂ ਸੰਘੀਨਾਂ ਸਵਕਤੀ ਭਰੀਆਂ ਭਰਾਤੀਆਂ ਰਫਲਾਂ ਬੰਦੂਕਾਂ ਗੋਲੀ ਗੱਠੇ ਸਮੇਤ ਖਿਸਕਾ ਕੇ ਇਕੱਠੀਆਂ ਆਪਣੇ ਆਪਣੇ ਖਾਨੇ ਵਿੱਚ ਕਾਬੂ ਕਰਕੇ ਦਾਸ ਨੂੰ ਦਿਖਾ ਦਿੱਤੀਆਂ ਸਨ ਅਤੇ ਹਰਨ ਹੋਣ ਦਾ ਇਸ਼ਾਰਾ ਵੀ ਭਾਲਦੇ ਸਨ। ਪਰੰਤੂ ਦਾਸ ਨੇ ਉਹਨਾਂ ਪਾਸ ਬੇਨਤੀ ਕੀਤੀ ਸੀ ਕਿ ਅਸੀਂ ਕਿਸੇ ਤੋਂ ਬਦਲਾ ਇਸ ਭਾਂਤੇ ਨਹੀਂ ਲੈਣਾ। ਇਹ ਖਾਲਸਾਈ ਸਪਿਰਿਟ ਨਹੀਂ। ਇਸ ਸਮੇਂ ਸਾਰਾ ਦੇਸ਼ ਤਾਂ ਘਰਾਂ ਨੂੰ ਛੱਡ ਕੇ ਜੇਲ੍ਹਾਂ ਨੂੰ ਧਾਈ ਕਰ ਰਿਹਾ ਹੈ। ਅਸੀਂ ਹੁਣ ਦੇਸ਼ ਦਸਾਂਤਰੀ ਜੇਲ੍ਹਾਂ ਨੂੰ ਛੱਡ ਕੇ ਘਰਾਂ ਨੂੰ ਨਸਣ ਭੱਜਣ ਲਈ ਯਤਨ ਕਰੀਏ। ਇਹ ਖਾਲਸਾਈ ਸ਼ਾਨ ਦੇ ਛਾਇਆ ਨਹੀਂ। ਸਾਡੇ ਇਹਨਾਂ ਸਰਕਾਰੀ ਰਾਖੇ ਰਖਵਾਲਿਆਂ ਨੂੰ ਇਤਨੀ ਸ਼ਰਮਿੰਦਗੀ ਬਥੇਰੀ ਹੈ। ਉਹਨਾਂ ਨੂੰ ਇੱਕ ਇੱਕ ਨੂੰ ਜਗਾ ਕੇ ਹਰੇਕ ਦਾ ਆਪੋ ਆਪਣਾ ਰਫਲ ਗੋਲੀ ਗੱਠਾ ਉਹਨਾਂ ਨੂੰ ਸੌਂਪ ਦੇਵੋ। ਸੋ ਐਸਾ ਹੀ ਕੀਤਾ ਗਿਆ ਸੀ ਜਿਸ ਖਾਲਸਾਈ ਦਲਾਵਰੀ ਨੂੰ ਦੇਖ ਕੇ ਉਹ ਦੰਗ ਰਹਿ ਗਏ ਸਨ। ਸੋ ਖਾਲਸਾਈ ਦਲਾਵਰੀ ਸਹਿਨਸ਼ੀਲਤਾ ਵਾਲੀ ਸੂਰਮ ਗਤੀ ਵਿੱਚ ਵਧੀਕ ਹੈ, ਬਦਲਾ ਲਾਓ ਪਾਲਿਸੀ ਵਿੱਚ ਨਹੀਂ। ਇਸ ਪ੍ਰਕਾਰ ਦੀਆਂ ਵਿਚਾਰਾਂ ਵਿਚਾਰ ਕੇ ਅਸੀਂ ਮਦਰਾਸ ਜੇਲ੍ਹ ਅਤੇ ਆਂਧਰਾ ਸੂਬੇ ਦੇ ਪੁਲਿਸ ਅਫਸਰਾਂ ਨੂੰ ਆਪਣੇ ਨਾਮ ਦੱਸਣ ਲਈ ਸਹਿਮਤ ਹੋ ਗਏ। ਉਹਨਾਂ ਅਫਸਰਾਂ ਨੇ ਵੀ ਸਾਰਾ ਮਾਮਲਾ ਖਾਲਸੇ ਦੇ ਰਹਿਮ ਉੱਤੇ ਹੀ ਛੱਡ ਦਿੱਤਾ। ਜਦੋਂ ਐਸੀ ਹੋ ਗਈ ਤਾਂ ਅਸਾਂ ਨੇ ਸਭ ਤੋਂ ਪਹਿਲਾਂ ਖਾਸ ਮਦਰਾਸ ਜੇਲ੍ਹ ਦੀ ਵੰਡ ਵਿੱਚ ਆਏ ਤਿੰਨੇ ਸਾਥੜੀਏ ਉਹਨਾਂ ਦੇ ਸਪੁਰਦ ਕਰ ਦਿੱਤੇ ਅਤੇ ਸਾਡੇ ਸਾਹਮਣੇ ਉਹਨਾਂ ਨੇ ਬੜੀ ਭਲਮਨ ਸਹੂ ਨਾਲ ਉਹਨਾਂ ਨੂੰ ਸੰਭਾਲਿਆ ਅਤੇ ਪੋਲੀਟੀਕਲ ਕੈਦੀਆਂ ਵਾਲੇ ਸਾਰੇ ਹਕੂਕ ਦੇ ਦਿੱਤੇ। ਬਸਤਰ ਆਦਿ ਖਾਦ ਖੁਰਾਕ ਦੇ ਸਾਰੇ ਸਮਾਨ ਸਾਡੇ ਸਾਹਮਣੇ ਮੁਹੱਈਆ ਕਰ ਦਿੱਤੇ ਤਾਂ ਫਿਰ ਖਾਲਸਾ ਵੀ ਪੰਗਰ ਪਿਆ। ਧੜਾ ਧੜ ਆਪੋ ਆਪਣੇ ਨਾਂ ਪੁਕਾਰਨੇ ਸ਼ੁਰੂ ਕਰ ਦਿੱਤੇ। ਨਾਵਾਂ ਦੀ ਪੁਕਾਰ ਸ਼ੁਮਾਰ ਹੁੰਦੇ ਸਾਰ ਵੱਖੋ ਵੱਖ ਨਿਯਤ ਜੇਲ੍ਹਾਂ ਨੂੰ ਨਿਯਤ ਕੀਤੇ ਜਥੇ ਤੋਰ ਦਿੱਤੇ ਗਏ। ਰਾਜ ਮੰਦਰੀ ਜੇਲ੍ਹ ਵਿੱਚ ਅਸੀਂ ਪੰਜੇ ਸੱਜਣ ਮਦਰਾਸ ਦੇ ਜਵਾਰ ਭਾਟੇ ਦੀ ਸੈਰ ਕਰਕੇ ਮੁੜ ਰਾਜ ਮੰਦਰੀ ਜਾ ਪਹੁੰਚੇ। ਲੈ ਜਾਣ ਵਾਲੇ ਐਤਕੀ ਦੋ ਗੋਰੇ ਪੁਲਿਸ ਅਫਸਰ ਨੇ ਹੱਥੀ ਛਾਵਾਂ ਕੀਤੀਆਂ। ਖਾਲਸੇ ਦੀ ਖੁਸ਼ਨੁਦੀ ਮਿਜਾਜ ਹਰ ਸਟੇਸ਼ਨ ਉੱਤੇ ਪੁੱਛਦਾ ਆਇਆ। ਰਾਜ ਮੰਦਰੀ ਸਟੇਸ਼ਨ ਤੋਂ ਉਤਾਰ ਕੇ ਸਾਨੂੰ ਗੋਦਾਵਰੀ ਦਾ ਖੁੱਲ੍ਹਾ ਇਸ਼ਨਾਨ ਕਰਾਇਆ ਕਿਉਂਕਿ ਰਾਜ ਮੰਦਰੀ ਉੱਤਰਦਿਆਂ ਨੂੰ ਪ੍ਰਭਾਤ ਹੋ ਗਈ ਸੀ। ਇਸ਼ਨਾਨ ਕਰਾ ਕੇ ਸਾਨੂੰ ਪੁਲਿਸ ਦੇ ਡਾਕ ਬੰਗਲੇ ਲੈ ਗਿਆ। ਉੱਥੇ ਪਹੁੰਚ ਕੇ ਅਸੀਂ ਨਿਤਨੇਮ ਬਾਣੀ ਦਾ ਪਾਠ ਕੀਤਾ। ਨਿਤਨੇਮ ਤੋਂ ਫਾਰਗ ਹੋਣ ਸਾਰ ਹੀ ਸਾਨੂੰ ਗੱਫੇ ਸਜਾਉਣ ਲਈ ਨਿਉਂਦਾ ਦਿੱਤਾ ਗਿਆ।
सब साज समान राशन दा आन मौजूद किता, पक्कियां रसदा शहीदी देगां दे सब समयान हाजर किते, फल फलोहार सिरखिंडी समुंदर बर्फ लसोने जो चाहे सो बनाओ, गल की बड़ी ही खातर तवाजिया कीती, अते पूरा घर वाला सलूक किता गया। हर प्रकार संतुष्ट होके अते मन पौंदा विश्राम करके राजमंदरी जेल वाल एक बैल गड्डी ते सवार होके खालसे ने कमर कसे कर दते। पुलिस सिपाही अते पुलिस अफसर गोरा पैदल खालसे दे हम रकाब आ रहे सन। रस्ते विच राजमंदरी दे देश भगतां नूं पता लग्गिया तां इकट्ठ करके आण उदाले होए। गोरे अफसर ने बिनेकार आख्या कि दर्शन मेले कर कर वारो वारी चलदे लगो, पर उस दे कहे ओह कदों हटदे सन। साडे खुद वर्जन ते वर्ज रहाए नहीं तां तुर जेल फाटक ताईं नाल ही जांदे। एक अजीब घटना, जदों अध विचाले आए तां संघने बगीचे विच्चों एक जोशीला मदरासी दौड़िया आउंदा नजर पिया। असी सारिया बैल गड्डी विच बैठिया पिछे नूं झाती मारी तां की देखदे हां कि ओह जोशीला जवान बड़े रोह विच ताई करी चलिया आ रहा है। उसदे हथ विच छुरा भी है, बड़ा तेज अते चमकदार हथियार नंगा करी अते उभारी गोरे अफसर की गर्दन ते सवार हुंदा होया आ रहा है। उसके गजबनाक वतीरे तो यो प्रतीत हुंदा सी के एह एक छिन पल विच ही गोरे का काम तमाम कर देवेगा। गोरा अफसर अपने ख्याल विच ही दबा दब तुरिया जा रहा सी। उसनू रंचक भी खबर नहीं सी कि उसके सिर ते कहर वर्तन वाला है। देवनेत साडी निगाह ऐन वेले सिर इस झाके वल पै गई, नहीं तो यह साका जरूर वरत जाना सी। ऐन उसे छिन उस जहादी की नज़र दास की नज़र न लड़ गई। दास ने तत् छिन दोवें हथ जोड़ के उसनू सिर हिलावें इशारे नाल इस हरकत वलों रोकया अते नाल दे चौहां साथियों नू भी दास ने गुप्तो गुप्ती प्रेरणा यह की कि ओह भी हथ जोड़न अते उसनू इस कारे तो रोकन। सो सारिया ने तत् छिन इक्के वार हथ जोड़ के उसनू पिछाहां परतन लई गोज इशारे किते। ओह साडे इन्हां इशारियां तों मुतासर होके पिछे हट गया अते छुरा अपनी बगल विच दबा के सड़क किनारे हो संघने बण विखे जा वड़िया। जांदा जांदा हस के सानू नमस्कार भी कर गया। इस सारे बिरतांत वरतारे दस गोरे अफसर नू मासा भी पता नहीं लगा अते ना ही सिपाहियां नू गमेह होया कि अचिंते बाज पेंदे पेंदे किवें रह गए। असी भी करतार दा हजार हजार शुक्र किया जिसने ना हक खून खराबे तो खैर गुजारी। उत्थों जेल भी नेड़े ही रह गई सी, लई देई दे वाहो दाही जेल गेट दे सर ते जा ही पहुंचे। सो अज असी यह किताब पन्ना नंबर 193 तक ही पढ़ांगे। इजाजत दिओ। वाहिगुरु जी का खालसा, वाहिगुरु जी की फतेह।